ਧੰਨ ਵਾਹਿਗੁਰੂ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਹੋ ਪ੍ਰਭੂ, ਨਾਨਕ ਦੇ ਕਰ ਹੱਥ। ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸਤਿਸੰਗੀ ਜਨੋ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਆਪਣੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤਮਈ ਬਾਣੀ ਜੀ ਦੇ ਨਾਲ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਨੇ। ਅੱਜ ਦੀ ਸਾਡੀ ਵਿਚਾਰ 12ਵਾਂ ਮਾਝ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਵਣ ਮਹੀਨੇ ਦਾ ਉਪਦੇਸ਼। ਕਿਰਪਾਲੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਾਵਣ ਸਰਸੀ ਕਾਮਨੀ, ਚਰਨ ਕਮਲ ਸਿਉਂ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਵਿਖਿਆ ਰੰਗ ਕੁੜਾਵਿਆ, ਦਿਸਣ ਸਭੇ ਛਾਰ, ਹਰ ਅੰਮ੍ਰਿਤ ਬੂੰਦ ਸੁਹਾਵਨੀ, ਮਿਲ ਸਾਧੂ ਪੀਵਨ ਹਾਰ, ਵਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਹਰ ਮਿਲਨੈ ਨੋ ਮਨ ਲੋਚਦਾ, ਕਰਮ ਮਿਲਾਵਨ ਹਾਰ, ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ, ਨਾਨਕ ਹਰ ਜੀ ਮਾਇਆ ਕਰ, ਸ਼ਬਦ ਸੁਵਾਰਨ ਹਾਰ, ਸਾਵਨ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਉਰਹਾਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਵਨ ਮਹੀਨੇ ਦਾ ਇਹ ਪਾਵਨ ਉਪਦੇਸ਼, ਇਸ ਸ਼ਬਦ ਦੇ ਵਿੱਚੋਂ ਅੱਜ ਦੀ ਵਿਚਾਰ ਲਈ ਦੋ ਪੰਕਤੀਆਂ ਆਧਾਰ ਬਣਾਈਆਂ ਨੇ। ਸੱਚੇ ਪਾਤਸ਼ਾਹ ਜੀ ਦੀਆਂ ਇਹਨਾਂ ਦੋ ਪਾਵਨ ਪੰਕਤੀਆਂ ਦੇ ਆਧਾਰ 'ਤੇ ਅੱਜ ਦੀ ਗੱਲ ਹੋਵੇਗੀ। ਮਹਾਰਾਜ ਕਿਰਪਾ ਕਰਨ ਆਪ ਨੇ ਅਸੀਸ ਬਖਸ਼ਿਸ਼ ਕਰਨੀ। ਸਾਹਿਬ ਕਹਿੰਦੇ ਨੇ, ਵਿਖਿਆ ਰੰਗ ਕੁੜਾਵਿਆ, ਦਿਸਣ ਸਭੇ ਛਾਰ, ਹਰ ਅੰਮ੍ਰਿਤ ਬੂੰਦ ਸੁਹਾਵਨੀ, ਮਿਲ ਸਾਧੂ ਪੀਵਨ ਹਾਰ। ਸਾਉਣ ਦਾ ਮਹੀਨਾ ਕੁਦਰਤੀ ਤੌਰ 'ਤੇ ਹਰਿਆਵਲ ਦਾ ਤਪਸ਼ ਨੂੰ ਘੱਟ ਕਰ ਦੇਣ ਵਾਲਾ, ਮੀਂਹ ਦਾ ਮਹੀਨਾ ਮੰਨਿਆ ਜਾਂਦਾ, ਜਿਸ ਵਿੱਚ ਬੱਦਲਾਂ ਦੇ ਵਿੱਚੋਂ ਜਦੋਂ ਵਰਖਾ ਧਰਤੀ 'ਤੇ ਹੁੰਦੀ ਹੈ, ਤੋ ਅਸ਼ਾੜ ਦੀ ਗਰਮੀ ਦੇ ਨਾਲ, ਸੂਰਜ ਦੀ ਤਪਸ਼ ਦੇ ਨਾਲ ਜਿਹੜੇ ਵਣ ਤ੍ਰਿਣ ਫੁੱਲ ਬੂਟੇ ਸੁੱਕ ਸੜ ਜਾਂਦੇ ਨੇ, ਉਹਨਾਂ ਨੂੰ ਵਰਖਾ ਦੀਆਂ ਬੂੰਦਾਂ ਦੇ ਨਾਲ ਤਰਲਤਾ ਮਿਲਦੀ ਹੈ, ਜ਼ਿੰਦਗੀ ਪ੍ਰਦਾਨ ਹੁੰਦੀ ਹੈ,
ਔਰ ਉਹ ਖੇਡ ਉੱਠਦੇ ਨੇ। ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਜਦੋਂ ਪ੍ਰਕਿਰਤੀ ਦੇ ਇਸ ਬਦਲਾਵ ਬਾਰੇ ਗੱਲ ਕਰਦੇ ਨੇ ਤਾਂ ਸੱਚੇ ਪਾਤਸ਼ਾਹ ਉਹਦਾ ਸੰਬੰਧ ਮਨੁੱਖੀ ਮਨ ਦੇ ਨਾਲ ਵੀ ਐਕਸਪਲੇਨ ਕਰਦੇ ਨੇ। ਹਕੀਕਤਨ ਉਹਦਾ ਸੰਬੰਧ ਮਨੁੱਖੀ ਮਨ ਜਾਂ ਉਹਦੀ ਰੂਹ ਦੇ ਨਾਲ ਹੀ ਹੈ। ਮਨੁੱਖੀ ਮਨ ਵੀ ਸੰਸਾਰ ਦੇ ਤ੍ਰਿਸ਼ਨਾ ਵਿੱਚ, ਮਾਇਆ ਦੇ ਮੋਹ ਦੇ ਵਿੱਚ ਜਾਂ ਸੰਸਾਰੀ ਕਸ਼ਿਸ਼ ਕਹਿ ਲਈਏ, ਉਹਦੇ ਵਿੱਚ ਤਪਦਾ ਰਹਿੰਦਾ ਹੈ, ਖਪਦਾ ਰਹਿੰਦਾ ਹੈ। ਔਰ ਉਹਦੇ ਵਿੱਚੋਂ ਪਰਮਾਤਮਾ ਰਹਿਮਤ ਕਰਦਾ, ਫਿਰ ਮਨੁੱਖ ਨੂੰ ਸੰਗਤ ਪ੍ਰਦਾਨ ਕਰਦਾ, ਆਪਣੇ ਚਰਨਾਂ ਨਾਲ ਜੋੜਦਾ, ਗੁਰੂ ਦੇ ਕੋਲ ਭੇਜ ਦਿੰਦਾ। ਵੀ ਮਨੁੱਖ ਮਨ ਜਿਹੜਾ ਸੜਿਆ ਹੋਇਆ, ਤਪਦਾ, ਖਪਦਾ, ਉਹਨੂੰ ਪਰਮੇਸ਼ਵਰੀ ਨਾਮ ਦੀ ਤਰਲ ਤਾਪ ਪ੍ਰਦਾਨ ਹੋਵੇ, ਮਿਲੇ, ਔਰ ਉਹ ਵੀ ਹਰਿਆਵਲ ਫੜ ਲਏ। ਸੱਚੇ ਪਾਤਸ਼ਾਹ ਫਿਰ ਉੱਥੇ ਕਨਫਰਮ ਕਰਦੇ ਨੇ ਕਿ ਮਨੁੱਖ ਜਿਸ ਵਾਸਤੇ ਤਰਲੋ ਮੱਛੀ ਹੁੰਦਾ, ਉਹ ਰੰਗ ਜਿਹੜੇ ਉਹਨੂੰ ਸੰਸਾਰੀ ਅਟਰੈਕਟ ਕਰਦੇ ਨੇ। ਸਾਹਿਬ ਕਹਿੰਦੇ ਨੇ ਉਹ ਕੁੜਾਵੇ ਨੇ, ਵਿਖਿਆ ਰੰਗ ਕੁੜਾਵਿਆ, ਦਿਸਣ ਸਭੇ ਛਾਰ। ਵੀ ਵਿਸ਼ੇ ਵਿਕਾਰਾਂ ਦੇ ਜਿਹੜੇ ਰੰਗ ਨੇ, ਉਹਨਾਂ ਦਾ ਜਿਹੜਾ ਰਸ ਹੈ, ਉਹਨਾਂ ਦਾ ਜਿਹੜਾ ਅਟਰੈਕਸ਼ਨ ਹੈ, ਸਾਹਿਬ ਕਹਿੰਦੇ ਨੇ ਵੀ ਉਹ ਸਵਾਹ ਹੋ ਜਾਣ ਵਾਲਾ, ਨਾਸ਼ ਹੋ ਜਾਣ ਵਾਲਾ। ਤੋ ਜਿਹਦਾ ਅੰਤ ਹੋ ਜਾਣਾ ਹੋਵੇ, ਜਿਸ ਉੱਦਮ ਜਾਂ ਐਫਰਟ ਨੂੰ ਕਰਨ ਤੋਂ ਬਾਅਦ ਉਹਦਾ ਕੋਈ ਫਲ ਹੀ ਨਹੀਂ ਮਿਲਣਾ ਹੋਵੇ, ਕੋਈ ਉਹਦਾ ਲਾਭ ਹੀ ਨਾ ਹੁੰਦਾ ਹੋਵੇ, ਉਹਨੂੰ ਕਰਨ ਵਾਸਤੇ ਮਨੁੱਖ ਦੇ ਅੰਦਰ ਇੰਨੀ ਲਾਲਸਾ ਕਿਉਂ ਹੈ? ਵੀ ਕਿਉਂ ਦੌੜਦਾ ਰਹਿੰਦਾ ਫਿਰ ਉੱਧਰ ਨੂੰ? ਤੋ ਉਹ ਮੋਹ ਦਾ ਸੰਸਾਰ ਹੈ, ਮੋਹ ਦੀ ਆਪਣੀ ਕਸ਼ਿਸ਼ ਹੈ, ਖਿੱਚਦੀ ਹੈ। ਇਸ ਕਰਕੇ ਮਨੁੱਖ ਉਸ ਪਾਸੇ ਨੂੰ ਵਾਰ ਵਾਰ ਜਾਂਦਾ। ਔਰ ਸਾਹਿਬ ਜਦੋਂ ਕਹਿੰਦੇ ਨੇ ਨਾ ਵਿਖਿਆ ਰੰਗ ਕੁੜਾਵਿਆ, ਕੂੜਾ ਹੁੰਦਾ ਬਿਨਸੰਹਾਰ, ਝੂਠਾ, ਛਾਰ ਵੀ ਹੁੰਦਾ ਸਵਾਹ ਹੋ ਗਈ ਕੋਈ ਚੀਜ਼ ਜਿਹਦਾ ਕੋਈ ਵਜੂਦ ਹੀ ਨਹੀਂ ਬਚਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਜਿਹੜੇ ਬਾਹਰੀ ਸੰਸਾਰੀ ਰੰਗ ਨੇ ਮਨੁੱਖ ਨੂੰ ਆਪਣੇ ਵੱਲ ਖਿੱਚਦੇ ਨੇ, ਉਹ ਉਹਨਾਂ 'ਤੇ ਲਾਈ ਇਹਦੀ ਆਪਣੀ ਐਨਰਜੀ ਜਾਂ ਤਾਕਤ, ਆਪਣਾ ਸਮਾਂ ਇਹਦੇ ਕਿਸੇ ਕੰਮ ਦਾ ਨਹੀਂ, ਉਹ ਸਾਰਾ ਵੇਸਟ ਹੀ ਹੋਣਾ ਹੈ। ਤੋ ਮਹਾਰਾਜ ਇਹਦੇ ਵਿੱਚ ਸਾਡੇ ਯੋਗ ਕੀ ਹੈ? ਹਰ ਅੰਮ੍ਰਿਤ ਬੂੰਦ ਸੁਹਾਵਣੀ। ਵੀ ਅੰਮ੍ਰਿਤ ਬੂੰਦ ਜਿਹੜੀ, ਅੰਮ੍ਰਿਤ ਬੂੰਦ ਗੁਰੂ ਦੇ ਬੋਲ ਨੇ, ਨਾਮ ਹੈ, ਉਹੀ ਚੰਗੀ ਹੈ। ਪਰ ਇਹ ਮਨੁੱਖ ਉਹੀ ਪੀ ਸਕਦਾ ਜਿਹਨੂੰ ਸਾਧੂ ਗੁਰੂ ਸਤਿਗੁਰੂ ਪਿਆਇਆ।
ਪਹਿਲੀ ਪੰਕਤੀ ਦੇ ਵਿੱਚ ਇੱਕ ਗੱਲ ਕਨਫਰਮ ਆ ਔਰ ਉਹਦੇ 'ਚ ਮਹਾਰਾਜ ਅੱਗੇ ਕੋਈ ਉਹਦੀ ਐਕਸਪਲੇਨੇਸ਼ਨ ਨਹੀਂ ਦਿੰਦੇ। ਵਿਖਿਆ ਬਾਰੇ ਦੱਸਦੇ ਨੇ ਵੀ ਵਿਖਿਆ ਜਿਹੜੀ ਹੈ ਉਹ ਕੁੜਾਵੀ ਹੈ, ਝੂਠੀ ਹੈ, ਬਿਨ ਸੰਹਾਰ ਹੈ। ਔਰ ਸਾਹਿਬ ਕਹਿੰਦੇ ਨੇ ਸਵਾਹ ਹੈ ਵੀ ਉਹਦਾ ਕੋਈ ਵਜ਼ੂਦ ਨਹੀਂ, ਖਤਮ ਹੋ ਜਾਣ ਵਾਲੀ, ਬਸ ਉਹਦੇ ਬਾਰੇ ਹੋਰ ਕੋਈ ਗੱਲ ਨਹੀਂ। ਪਰ ਅੰਮ੍ਰਿਤ ਬੂੰਦ ਦੀ ਜਦੋਂ ਸੱਚੇ ਪਾਤਸ਼ਾਹ ਗੱਲ ਕਰਦੇ ਨੇ ਉਦੋਂ ਪਹਿਲਾਂ ਅੰਮ੍ਰਿਤ ਬੂੰਦ ਬਾਰੇ ਦੱਸਦੇ ਨੇ ਵੀ ਉਹ ਚੰਗੀ ਹੈ, ਉਹ ਰੂਹ ਨੂੰ ਖੇੜਾ ਪ੍ਰਦਾਨ ਕਰਨ ਵਾਲੀ ਹੈ, ਪਰ ਉਹ ਮਿਲੇਗੀ ਕਿੱਥੋਂ? ਮਿਲ ਸਾਧੂ ਪੀਵਨਹਾਰ, ਵੀ ਮਨੁੱਖ ਉਹਨੂੰ ਪੀ ਉਹੀ ਸਕਦਾ ਜਿਹੜਾ ਸਾਧੂ ਦੀ ਗਾਈਡੈਂਸ 'ਚ ਹੈ, ਯਾਨੀ ਗੁਰੂ ਦੀ, ਸਤਿਗੁਰੂ ਦੀ। ਜਿਹੜਾ ਗੁਰੂ ਦੀ ਗਾਈਡੈਂਸ 'ਚ ਨਹੀਂ ਹੈਗਾ ਉਹ ਉਹਨੂੰ ਪੀ ਵੀ ਨਹੀਂ ਸਕਦਾ। ਹੁਣ ਵਿਖਿਆ ਨੂੰ ਥੋੜ੍ਹਾ ਜਦੋਂ ਆਪਾਂ ਖੋਲ੍ਹ ਕੇ ਵੇਖਾਂਗੇ ਗੁਰਬਾਣੀ ਦੇ ਵਿੱਚੋਂ ਹੀ, ਇਹਦਾ ਸੰਬੰਧ ਹੈ ਮਨੁੱਖੀ ਜਿਹੜੇ ਪੰਜ ਵਿਸ਼ੇ ਵਿਕਾਰਾਂ ਦੀ ਰੂਪ ਨੇ, ਰੂਪ ਹੈ, ਰਸ ਹੈ, ਗੰਧ ਹੈ, ਸ਼ਬਦ ਹੈ, ਸਪਰਸ਼ ਹੈ, ਸਾਡੀਆਂ ਅੱਖਾਂ ਨੇ, ਤਵਚਾ ਹੈ, ਕੰਨ ਨੇ, ਸਾਡੇ ਬੋਲ ਨੇ, ਸਾਡੀ ਜ਼ੁਬਾਨ ਦਾ ਰਸ ਹੈ, ਇਹ ਸਾਰੇ ਵਿਸ਼ੇ ਵਿਕਾਰਾਂ ਦੇ, ਇਹਦਾ ਬਾਹਰ ਨੂੰ ਸਾਰਾ ਪਸਾਰਾ। ਮਨੁੱਖ ਕਿਸੇ ਦਿਨ ਜੇ ਇਕਾਂਤ 'ਚ ਇਕੱਲਾ ਬਹਿ ਜਾਵੇ ਨਾ, ਕਦੀ ਵੀ ਥੋੜ੍ਹਾ ਟਾਈਮ ਇਹਨੂੰ ਮਿਲੇ। ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਵੀ ਭਗਤੀ ਬਹੁਤ ਅਗਾਂ ਦੀ ਚੀਜ਼ ਹੈ, ਭਗਤੀ ਦੇ ਨੇੜੇ ਤੇੜੇ ਵੀ ਕੋਈ ਛੇਤੀ ਕਿਤਿਆਂ ਫਟਕ ਨਹੀਂ ਸਕਦਾ ਹੁੰਦਾ, ਭਗਤੀ ਬਹੁਤ ਉੱਚੀ ਚੀਜ਼ ਹੈ। ਪਰ ਉਸ ਤੋਂ ਪਹਿਲਾਂ ਵੀ ਇੱਕ ਦੁਨੀਆ ਹੈ, ਇੱਕ ਪ੍ਰੈਕਟਿਸ ਹੈ। ਜਦੋਂ ਮਨੁੱਖ ਉਹਨਾਂ ਚੀਜ਼ਾਂ ਨੂੰ ਹੀ ਥੋੜ੍ਹਾ ਸਮਝਣ ਲੱਗ ਜਾਏ, ਥੋੜ੍ਹੀ ਉਹਦੀ ਚੇਤਨਾ ਦੇ ਵਿੱਚ ਆ ਜਾਣ ਗੁਰੂ ਦੀ ਬਖਸ਼ਿਸ਼ ਦੇ ਨਾਲ, ਫਿਰ ਉਹਨੂੰ ਭਗਤੀ ਵੱਲ ਦਾ ਇਲਮ ਹੋਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਮਨੁੱਖ ਭਗਤੀ ਕਰਨ ਲੱਗ ਜਾਏ ਫਿਰ ਉਹਦੇ ਦਿਨੋ ਦਿਨ ਉਹਦੇ ਹਰ ਵਿਵਹਾਰ ਦੇ ਵਿੱਚ ਤਬਦੀਲੀ ਆਈ ਜਾਂਦੀ, ਉਹਦੇ ਬੋਲਣ 'ਚ, ਉਹਦੇ ਚਾਲਣ 'ਚ, ਉਹਦੇ ਜੀਣ 'ਚ, ਉਹਦੇ ਖਾਣ 'ਚ, ਉਹਦੇ ਪੀਣ 'ਚ, ਉਹਦੇ ਰਹਿਣ 'ਚ, ਉੱਠਣ 'ਚ, ਬਹਿਣ 'ਚ, ਉਹਦੀ ਹਰ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ 100% ਚੇਂਜਿਸ ਆਉਂਦੇ ਜਿਹੜਾ ਬੰਦਾ ਭਗਤੀ ਕਰਦਾ। ਤੋ ਜਿਹੜੇ ਧਾਰਮਿਕ ਕਰਮ ਕਰਦੇ ਨੇ ਉਹਨਾਂ ਦੀ ਬਹੁਤਾਤ ਗਿਣਤੀ ਹੈ। ਆਹ ਦੋਵੇਂ ਚੀਜ਼ਾਂ ਫਿਰ ਧਿਆਨ 'ਚ ਰੱਖ ਲੈਣੀਆਂ ਸਤਸੰਗ ਜੀ। ਭਗਤੀ ਕਰਨ ਵਾਲੇ ਦੇ ਜੀਵਨ ਦੇ ਵਿੱਚ ਰੋਜ਼ ਚੇਂਜ ਆਉਂਦਾ ਔਰ ਉਨਾ ਚਿਰ ਤੱਕ ਚੇਂਜ ਹੁੰਦਾ ਰਹਿੰਦਾ ਜਿੰਨਾ ਚਿਰ ਤੱਕ ਉਹ ਰੱਬ ਵਰਗਾ ਹੀ ਨਹੀਂ ਹੋ ਜਾਂਦਾ, ਉਹਦੀ ਰੱਬ ਦੇ ਨਾਲ ਬੰਦ ਨਹੀਂ ਹੁੰਦੀ ਉਹਨਾਂ ਚਿਰ ਤੱਕ, ਉਹਦੇ 'ਚ ਉਹ ਬਦਲਾਵ ਯਾਨੀ ਗੁਣਾਤਮਕ ਪੱਖੋਂ ਉਹਦੇ ਵਿੱਚ ਵਾਧਾ ਹੁੰਦਾ ਰਹਿੰਦਾ। ਜਿਵੇਂ ਜਿਵੇਂ ਉਹ ਭਗਤੀ ਕਰਦਾ ਉਵੇਂ ਉਵੇਂ ਰੱਬੀ ਗੁਣ ਉਹਦੇ ਵਿੱਚ ਆਉਂਦੇ। ਤਾਂ ਜਦੋਂ ਗੁਣਾਤਮਕਤਾ ਜਿਹੜੀ ਹੈ ਉਹ ਸਿਖਰੀ ਹੋ ਜਾਏ, ਪੂਰਨ ਹੋ ਜਾਏ, ਫਿਰ ਉਹ ਮਨੁੱਖ ਜਿਹੜਾ ਰੱਬੀ ਹੋ ਜਾਂਦਾ, ਉਹਦੇ 'ਚ ਅਤੇ ਰੱਬ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛਨਾ, ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ। ਭਗਤੀ ਉਹ ਸਟੇਜ ਹੈ। ਤਾਂ ਬਹੁਤੀ ਦੁਨੀਆ ਜਿਹੜੀ ਉਹ ਧਾਰਮਿਕ ਕਰਮਾਂ ਦੇ ਵਿੱਚ ਹੁੰਦੀ ਹੈ। ਜਿਵੇਂ ਆਪਾਂ ਸਾਰੇ ਬੈਠੇ ਹਾਂ ਗੁਰਦੁਆਰਾ ਸਾਹਿਬ, ਜੇ ਮੰਨ ਲਓ ਆਪਾਂ ਸੰਡੇ ਨੂੰ ਆਉਂਦੇ ਹਾਂ, ਮੱਥਾ ਟੇਕਦੇ ਹਾਂ, 10 ਮਿੰਟ ਸੰਗਤ 'ਚ ਬਹਿੰਦੇ ਹਾਂ, ਲੰਗਰ ਛਕਦੇ ਹਾਂ, ਘਰ ਚਲੇ ਜਾਂਦੇ ਹਾਂ, ਗੋਲਕ 'ਚ ਥੋੜ੍ਹੀ ਜਿਹੀ ਅਸੀਂ ਭੇਟਾ ਪਾਉਂਦੇ ਹਾਂ, ਇਹ ਸਾਰੇ ਧਾਰਮਿਕ ਕਰਮ ਨੇ ਔਰ ਇਹ ਬਹੁਤਾਤ ਦੁਨੀਆ ਕਰਦੀ। ਇਸ ਕਰਕੇ ਇਹਨਾਂ 'ਤੇ ਇਹ ਕੰਡੀਸ਼ਨ ਅਪਲਾਈ ਨਹੀਂ ਹੁੰਦੀ ਵੀ ਇਹ ਬਦਲ ਜਾਣ।
ਔਰ ਬਹੁਤੇ ਤੁਸੀਂ ਦੇਖੋਗੇ ਆਪਣੇ ਜੀਵਨ 'ਚ ਵੀ ਜਿਨ੍ਹਾਂ ਦਾ ਲਾਈਫ ਸਕੈਜੂਅਲ ਇਹ ਹੁੰਦਾ ਉਹਨਾਂ ਦਾ ਮਨ ਕਦੀ ਨਹੀਂ ਬਦਲਦਾ, ਬਹੁਤੇ ਬਿਲਕੁਲ ਨਹੀਂ ਬਦਲਦੇ, ਉਵੇਂ ਹੀ ਰਹਿੰਦੇ, ਬਸ ਉਹ ਇੱਕ ਲਾਈਫ ਸਕੈਜੂਅਲ ਬਣਿਆ ਹੁੰਦਾ ਉਹਨਾਂ ਦਾ ਵੀ ਜਪਜੀ ਸਾਹਿਬ ਪੜ੍ਹਨਾ ਹੈ ਜਾਂ ਗੁਰਦੁਆਰਾ ਸਾਹਿਬ ਜਾਣਾ ਸੰਡੇ ਨੂੰ ਜਾਂ ਇੱਕ ਦਿਨ ਜਾਣਾ ਜਾਂ ਦੋ, ਕਈਆਂ ਦਾ ਐਵੇਂ ਵੀ ਹੁੰਦਾ ਵੀ ਉਹ ਲਗਾਤਾਰ ਵੀ ਆਉਂਦੇ ਨੇ, ਪਰ ਉਹਨਾਂ ਦੇ ਜੀਵਨ 'ਚ ਕੋਈ ਚੇਂਜ ਨਹੀਂ ਆਉਂਦਾ। ਉਹ ਚੇਂਜ ਨਾ ਆਉਣ ਦਾ ਕਾਰਨ ਹੀ ਇਹ ਹੈ ਵੀ ਹਾਲੇ ਭਗਤੀ ਦਾ ਉਹਨਾਂ ਨੂੰ ਕੋਈ ਇਲਮ ਹੀ ਨਹੀਂ, ਪਤਾ ਹੀ ਨਹੀਂ ਵੀ ਭਗਤੀ ਹੁੰਦੀ ਕੀ ਹੈ, ਹਾਲੇ ਉਹ ਧਾਰਮਿਕ ਕਰਮਾਂ ਦੇ ਵਿੱਚ ਹੀ ਨੇ। ਔਰ ਧਾਰਮਿਕ ਕਰਮਾਂ ਦੇ ਬਾਬਤ ਗੁਰਬਾਣੀ 'ਚ ਸਪਸ਼ਟ ਮਹਾਰਾਜ ਜੀ ਨੇ ਲਿਖਿਆ, ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੀ ਲੁੱਟੈ, ਵੀ ਧਰਮ ਦੇ ਨਾਂ 'ਤੇ ਜਿਹੜਾ ਵੀ ਕਰਮ ਮਨੁੱਖ ਕਰਦਾ ਉਹਦੀ ਆਤਮਾ ਨੂੰ ਨੇ ਉੱਚਾ ਹੁੰਦਾ, ਕਿਉਂਕਿ ਧਾਰਮਿਕ ਕਰਮ ਦੇ ਵਿੱਚ ਈਗੋ ਦਾ ਵਧਣ ਆ ਜਾਣਾ ਸੁਭਾਵਿਕ ਹੈ, ਆਉਂਦਾ। ਜਿਵੇਂ ਮਲਕ ਭਾਗੋ ਜਦੋਂ ਭੋਜਨ ਬਣਾਉਂਦਾ ਨਾ ਤਾਂ ਸਾਰੇ ਸਾਧੂਆਂ ਨੂੰ ਉਹ ਸੱਦਾ ਦਿੰਦਾ ਵੀ ਆਓ, ਸੁਨੇਹ ਭੇਜ ਦਿੰਦਾ, ਤਾਂ ਗੁਰੂ ਨਾਨਕ ਸਾਹਿਬ ਨਹੀਂ ਜਾਂਦੇ, ਆਪਾਂ ਸਾਰਿਆਂ ਨੇ ਇਹ ਸਾਖੀ ਸੁਣੀ, ਬਸ ਉਹਦੇ 'ਚੋਂ ਇੱਕ ਤੱਤ ਰੂਪ ਦੇ ਵਿੱਚ ਜਿਹੜੀ ਗੱਲ ਸਮਝਣੀ। ਜਦੋਂ ਉਹਨੂੰ ਉਹ ਪੁੱਛਦਾ ਆਪਣੇ ਅਹਿਲਕਾਰਾਂ ਨੂੰ ਵੀ ਸਾਰੇ ਆ ਗਏ ਨੇ, ਤੂੰ ਜਿਹੜੇ ਸੁਨੇਹ ਦੇ ਕੇ ਆਏ ਸਨ ਉਹਨਾਂ ਨੇ ਕਿਹਾ ਨਹੀਂ ਮਹਾਰਾਜ ਇੱਕ ਬੰਦਾ ਨਹੀਂ ਆਇਆ, ਉਹਨਾਂ ਵੀ ਉਹ ਕਿਹੜਾ ਵੀ ਜਿਹਦਾ ਮੇਰੇ ਸੱਦੇ 'ਤੇ ਨਹੀਂ ਆਇਆ, ਤੁਸੀਂ ਉਹਦਾ ਡਾਇਲੋਗ ਦੇਖਿਓ ਜਨਮ ਸਾਖੀਆਂ 'ਚ ਵੀ ਉਹ ਕੌਣ ਆ, ਇਹਦਾ ਮਤਲਬ ਨਾਲ ਦੀ ਨਾਲ ਮਨੁੱਖ ਦੇ ਅੰਦਰ ਈਗੋ ਪ੍ਰਗਟ ਹੁੰਦੀ ਹੈ ਵੀ ਇਹੋ ਜਿਹਾ ਵੀ ਕੋਈ ਹੈਗਾ ਜਿਹੜਾ ਮੇਰੇ ਸੱਦੇ ਨੂੰ ਰਿਜੈਕਟ ਕਰ ਦੇ ਵੀ ਨਾ ਆਵੇ। ਫਿਰ ਕਹਿੰਦਾ ਵੀ ਉਹਨੂੰ ਜਿਵੇਂ ਮਰਜ਼ੀ ਲੈ ਕੇ ਆਓ, ਵੀ ਮੇਰਾ ਯੱਗ ਉਹਨਾਂ ਚਿਰ ਤੱਕ ਸਫਲ ਨਹੀਂ। ਇਹ ਧਾਰਮਿਕ ਕਰਮ ਨੇ, ਉਹ ਧਾਰਮਿਕ ਕਰਮ ਕਰ ਰਿਹਾ, ਬੁਰਾ ਕੰਮ ਨਹੀਂ ਕਰਨ ਦਿਆ ਉਹ, ਵੀ ਸਾਧੂਆਂ ਨੂੰ ਰੋਟੀ ਖਵਾਉਣੀ ਕੋਈ ਮਾੜਾ ਕੰਮ ਥੋੜ੍ਹੀ, ਭਾਵੇਂ ਮਲਕ ਭਾਗੋ ਕਰੇ, ਭਾਵੇਂ ਤੁਸੀਂ ਕਰੋ, ਭਾਵੇਂ ਮੈਂ ਕਰਾਂ, ਭਾਵੇਂ ਕੋਈ ਕਰੇ, ਪਰ ਧਾਰਮਿਕ ਕਰਮ ਦੇ ਵਿੱਚ ਆਹ ਪ੍ਰੋਬਲਮ ਆ ਵੀ ਉੱਥੇ ਈਗੋ ਆਉਂਦੀ ਹੈ। ਇਸ ਕਰਕੇ ਮਹਾਰਾਜ ਗੁਰਬਾਣੀ 'ਚ ਧਾਰਮਿਕ ਕਰਮ ਜਿਹੜਾ ਸਿਰਫ ਕਰਮ 'ਤੇ ਬੇਸਡ ਰਹਿ ਜਾਏ, ਧਰਮ ਦੇ ਕਰਮ 'ਤੇ, ਉਹਨੂੰ ਮਹਾਰਾਜ ਪਾਖੰਡ ਕਹਿ ਦਿੰਦੇ, ਔਰ ਪਾਖੰਡ ਦੇ ਵਿੱਚ ਕੋਈ ਪ੍ਰਾਪਤੀ। ਇਸ ਕਰਕੇ ਗੁਰੂ ਨਾਨਕ ਸਾਹਿਬ ਅੱਜ ਤੱਕ ਵੀ ਬਰਦਾਸ਼ਤ ਨਹੀਂ ਹੈਗੇ ਝੂਠ ਦੇ ਧਾਰਮਿਕ ਪਸਾਰੇ ਵਾਲਿਆਂ ਨੂੰ, ਭਾਵੇਂ ਉਹ ਅਸੀਂ ਸਾਡੇ ਸਿੱਖੀਜ਼ਮ 'ਚ ਵੀ ਕਿਉਂ ਨਾ ਉਹ ਲੋਕ, ਉਹਨਾਂ ਨੂੰ ਬਰਦਾਸ਼ਤ ਨਹੀਂ ਹੈਗੇ, ਹੁੰਦੇ ਵੀ ਨਹੀਂ, ਸੱਚ ਝੂਠ ਨੂੰ ਕਦੇ ਬਰਦਾਸ਼ਤ ਥੋੜ੍ਹੇ ਹੁੰਦਾ। ਤਾਂ ਸੱਚੇ ਪਾਤਸ਼ਾਹ ਜਦੋਂ ਫਿਰ ਵਿਖਿਆ ਨੂੰ ਖੋਲ੍ਹਦੇ ਨੇ, ਇਹਦੇ ਵਿੱਚ ਇਹ ਹੈ ਵੀ ਮਨੁੱਖ ਜਦੋਂ ਇਹਨੂੰ ਪਹਿਲਾਂ ਸਮਝ ਲਏਗਾ ਵੀ ਹੈ ਕੀ ਪ੍ਰੋਬਲਮ ਕਿੱਥੇ ਹੈ, ਫਿਰ ਉਹਦੇ ਤੋਂ ਅੱਗੇ ਉਹ ਸੋਚਣ ਜਾਂ ਕਰਨ ਦੇ ਯੋਗ ਹੋ ਸਕੇਗਾ, ਰਾਹ ਲੱਭੇਗਾ ਵੀ ਹੁਣ ਕੀ ਕਰੀਏ, ਵੀ ਪਹਿਲਾਂ ਉਹਨੂੰ ਸਮਝ ਆਏ ਨਾ ਵੀ ਇਹ ਕਰਮ ਦੇ ਵਿੱਚ ਪ੍ਰੋਬਲਮ ਕਿੱਥੇ ਆਉਂਦੀ ਹੈ। ਜਿਹੜੇ ਸੰਸਾਰੀ ਰੰਗ ਰਸ ਨੇ, ਜਿਹੜਾ ਸੰਸਾਰ ਬਣਾਇਆ ਪਰਮਾਤਮਾ ਨੇ, ਇਹਦੇ 'ਚ ਪ੍ਰੋਬਲਮ ਕਿੱਥੇ ਆ ਜਾਂਦੀ ਹੈ, ਵੀ ਜਿਹਨੂੰ ਮਹਾਰਾਜ ਕਹਿੰਦੇ ਨੇ ਵਿਖਿਆ ਰੰਗ ਉਡਾਵਿਆ, ਵੀ ਇਹ ਝੂਠੇ ਨੇ ਬਿਨ ਸੰਹਾਰ ਨੇ। ਤਾਂ ਉਹ ਹੈ ਵੀ ਜਦੋਂ ਉਹ ਗੁਰੂ ਦੇ ਕੋਲ ਆਏਗਾ ਫਿਰ ਉਹਨੂੰ ਸਮਝ ਆਏਗੀ, ਪਤਾ ਲੱਗੇਗਾ। ਉਸ ਤੋਂ ਅੱਗੇ ਫਿਰ ਅਗਲਾ ਸਟੈਪ ਉਹਨੇ ਚੱਕਣਾ ਕਿ ਨਹੀਂ, ਇਹ ਬੰਦੇ ਦੀ ਆਪਣੀ ਮਰਜ਼ੀ ਹੈ। ਗੁਰੂ ਕੋਲ ਆ ਸਕਦਾ ਕੋਈ, ਇਜਾਜ਼ਤ ਹੈ ਸਾਰਿਆਂ ਨੂੰ, ਆਪਾਂ ਸਾਰੇ ਆਉਂਦੇ, ਪਰ ਜੋ ਗੁਰੂ ਨੇ ਕਿਹਾ ਉਹਨੂੰ ਅਸੀਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ, ਉਹਨੂੰ ਫੋਲੋ ਕਰਨਾ ਕਿ ਨਹੀਂ, ਇਹ ਸਾਡੀ ਮਰਜ਼ੀ ਹੈ, ਇਹਦੇ ਵਾਸਤੇ ਮਹਾਰਾਜ ਸਾਨੂੰ
ਜ਼ਬਰਦਸਤੀ ਨਹੀਂ ਕਰਦੇ ਵੀ ਆਹ ਕਰਨਾ, ਮੈਂ ਤੁਹਾਨੂੰ ਦੱਸਿਆ ਅਤੇ ਤੁਸੀਂ ਕਰਨਾ। ਉਹਦੀ ਆਪਸ਼ਨਲ ਜਿਹੜੀ ਹੈ ਚੋਇਸ ਤੁਹਾਡੀ, ਫਿਰ ਉਹਦੇ ਨਾਲ ਫਰਕ ਕੀ ਪੈਂਦਾ? ਜੇ ਗੁਰੂ ਦੀ ਚੋਇਸ ਨੂੰ ਮਨੁੱਖ ਫੋਲੋ ਕਰਦਾ ਹੈ ਫਿਰ ਉਹਦੀ ਰਿਸਪੋਂਸੀਬਿਲਿਟੀ ਗੁਰੂ ਦੀ ਹੋ ਜਾਂਦੀ ਹੈ। ਜਦੋਂ ਮਨੁੱਖ ਆਪਣੀ ਮਤ ਨੂੰ ਫੋਲੋ ਕਰਦਾ ਫਿਰ ਉਹਦੀ ਆਪਣੀ ਰਿਸਪੋਂਸੀਬਿਲਿਟੀ ਹੋ ਜਾਂਦੀ ਉਸ ਕਰਮ ਦੀ। ਔਰ ਯਕੀਨਨ ਜਿਹੜਾ ਕਰਮ ਗੁਰੂ ਤੋਂ ਟੁੱਟ ਕੇ ਹੁੰਦਾ ਹੈ, ਮਨੁੱਖ ਉਹਦੇ ਵੱਲ ਕੰਢ ਕਰਕੇ ਕਰੇ, ਉਹ ਮੈਲਾ ਹੁੰਦਾ ਔਰ ਮੈਲਾ ਆਪਣੀ ਛਾਪ ਸਾਡੇ ਮਨ 'ਤੇ ਛੱਡ ਕੇ ਜਾਂਦਾ ਔਰ ਮੈਲ ਦੀ ਉਹ ਛਾਪ ਜਿਹੜੀ ਸਾਡੇ ਮਨ ਦੇ ਉੱਤੇ ਰਹਿ ਗਈ ਉਹ ਧੁੰਦਲਾ ਜਿਹਨੇ ਕਰ ਦਿੱਤਾ, ਉਹ ਫਿਰ ਸੱਚ ਨੂੰ ਵੇਖਣ ਦੀ ਦ੍ਰਿਸ਼ਟ ਨੂੰ ਧੁੰਦਲਾ ਕਰ ਦਿੰਦੀ, ਸੱਚ ਨਹੀਂ ਵੇਖਿਆ ਜਾਂਦਾ। ਸਾਹਿਬ ਕਹਿੰਦੇ ਨੇ ਕੂੜ ਕਪਟ ਕਮਾਵੈ ਮਹਾਂ ਦੁੱਖ ਪਾਵੈ ਬਿਨ ਸਤਿਗੁਰ ਮੱਗ ਨਾ ਪਾਇਆ, ਵਿਖਿਆ ਰੰਗ ਕੁੜਾਵਿਆ। ਵੀ ਗੁਰੂ ਨੂੰ ਕੰਢ ਦਿੱਤੀ, ਮਨੁੱਖ ਕੁਝ ਕਰਨ ਲੱਗ ਗਿਆ। ਸਾਹਿਬ ਕਹਿੰਦੇ ਨੇ ਕੂੜ ਕਪਟ ਕਮਾਵੈ, ਕੂੜ ਬਿਨ ਸੰਹਾਰ ਕੋਈ ਵੀ ਝੂਠ ਕਮਾਵੈ ਅਰਨ ਕਰਦਾ। ਜਿਹੜੀ ਚੀਜ਼ ਕਮਾਈ ਜਾਈ ਉਹਦੇ 'ਤੇ ਮਨੁੱਖ ਦਾ ਦਾਅਵਾ ਹੁੰਦਾ। ਗੱਲਾਂ ਬਹੁਤ ਧਿਆਨ ਰੱਖਣ ਵਾਲੀਆਂ। ਮਹਾਰਾਜ ਜੀ ਦੀ ਬਾਣੀ ਜਦੋਂ ਪੜ੍ਹੀਏ ਅਤੇ ਵਿਚਾਰੀਏ ਨਾ, ਹਰ ਲਫ਼ਜ਼ ਦਾ ਆਪਣਾ ਕੁਝ ਦਾਇਰਾ ਹੈ, ਉਹਦਾ ਮੀਨਿੰਗ, ਉਹਦਾ ਸੰਸਾਰ ਹੈ, ਐਵੇਂ ਕਹਿ ਲਈਏ ਵੀ ਇੱਕ ਸੰਸਾਰ ਹੈ। ਸਾਹਿਬ ਕਹਿੰਦੇ ਨੇ ਕੂੜ ਕਪਟ, ਕਪਟ ਹੁੰਦਾ ਕਿਸੇ ਨੂੰ ਧੋਖਾ ਦੇਣਾ, ਫਰੇਬ ਕਰਨਾ, ਔਰ ਕੂੜ ਦੇ ਨਾਲ ਹੀ ਕਪਟ ਕੀਤਾ ਜਾ ਸਕਦਾ। ਸੱਚਾ ਬੰਦਾ ਕਪਟ ਨਹੀਂ ਕਰ ਸਕਦਾ, ਝੂਠਾ ਕਰੇਗਾ। ਕਮਾਵੈ ਇਹ ਮਤਲਬ ਉਹਨੇ ਕਮਾਈ ਕੀਤੀ ਹੈ ਉਹਦੀ, ਝੂਠ ਦੀ ਵੀ, ਔਰ ਜਿਹੜੀ ਮਨੁੱਖ ਨੇ ਕਮਾਈ ਕੀਤੀ ਹੁੰਦੀ ਹੈ ਉਹਦਾ ਦਾਅਵਾ ਹੁੰਦਾ। ਇਸ ਕਰਕੇ ਝੂਠਾ ਬੰਦਾ ਆਪਣੀ ਗੱਲ ਨੂੰ ਸਾਬਤ ਕਰਨ ਵਾਸਤੇ ਦਾਅਵੇਦਾਰ ਹੁੰਦਾ ਵੀ ਜੋ ਅਸੀਂ ਕਹਿ ਰਹੇ ਹਾਂ ਠੀਕ ਹੈ, ਉਹ 10 ਬੰਦਿਆਂ ਨੂੰ ਆਪਣੇ ਨਾਲ ਵੀ ਜੋੜਦਾ। ਇਹ ਦੇਖੋ ਜੀ, ਇਹ ਸੰਸਾਰੀ ਰੂਲ ਨੇ, ਆਪਾਂ ਸਾਰੇ ਜਾਣਦੇ ਹਾਂ ਵੀ ਐਵੇਂ ਹੁੰਦਾ। ਔਰ ਸਾਹਿਬ ਕੀ ਕਹਿੰਦੇ ਨੇ, ਮਹਾਂ ਦੁੱਖ ਪਾਵੈ ਵੀ ਤੂੰ ਦੁਨਿਆਵੀ ਤੌਰ 'ਤੇ ਤਾਂ ਜੱਜਮੈਂਟ ਆਪਣੇ ਹੱਕ 'ਚ ਕਰਵਾ ਲਏਗਾ, ਲੋਕਾਂ ਦੀ ਸਹਿਮਤੀ ਲੈ ਲਏਗਾ, ਪਰ ਗੱਲ ਇੱਥੇ ਨਿਬੜ 'ਤੇ ਜਾਂਦੀ ਨਹੀਂ। ਜਿਹੜੀ ਚੀਜ਼ ਕਮਾਈ ਹੈ ਉਹਦੇ ਵਿੱਚੋਂ ਜੇ ਉਹ ਸਾਤਵਿਕ ਚੇਤਨਾ ਵਾਲੀ ਹੈ ਤਾਂ ਉਹਦੇ 'ਚ ਉਹ ਸੱਤ ਪ੍ਰਗਟ ਹੋਏਗਾ, ਸਹਿਜਤਾ ਪ੍ਰਗਟ ਹੋਏਗੀ, ਪਰਮੇਸ਼ਵਰੀ ਪ੍ਰੇਮ ਪ੍ਰਗਟ ਹੋਏਗਾ, ਨਾਮ ਦੇ ਨਾਲ ਸਾਂਝ ਬਣੇਗੀ। ਜੇ ਕੂੜ ਅਤੇ ਕਪਟ ਕਮਾਇਆ, ਔਰ ਸਾਹਿਬ ਕਹਿੰਦੇ ਨੇ ਮਹਾਂ ਦੁੱਖ ਪਾਵੈ, ਮਹਾਂ ਦੁੱਖ ਦਾ ਮਤਲਬ ਹੈ ਵੀ ਦੁੱਖਾਂ ਦੇ ਸਿਰ 'ਤੇ ਜਿਹੜਾ ਸ਼੍ਰੋਮਣੀ ਦੁੱਖ ਹੈ, ਘੋਰ ਦੁੱਖ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਵਿਣ ਸਤਿਗੁਰ ਮੱਗ ਨਾ ਪਾਇਆ, ਗੁਰੂ ਤੋਂ ਬਗੈਰ ਰਾਹ ਨਹੀਂ ਲੱਭ ਸਕਦਾ ਉਹ। ਪਰ ਇਹ ਰਾਹ ਕਿਹੜਾ ਲੱਭਣਾ ਜੀ ਅਸੀਂ? ਰੱਬ ਵਾਲਾ। ਹੋਰ ਦੂਜੇ ਰਾਹ 'ਤੇ ਮਨੁੱਖ ਲੱਭ ਲੈਂਦਾ। ਮਨੁੱਖ ਨੇ ਰੱਬ ਵਾਲਾ ਰਾਹ ਲੱਭਣਾ, ਕਿਉਂਕਿ ਮਨੁੱਖਾ ਜੀਵਨ ਦੀ ਇਹੀ ਸਭ ਤੋਂ ਵੱਡੀ ਮਹਾਰਾਜ ਜੀ ਨੇ ਜ਼ਰੂਰਤ ਦੱਸੀ ਹੈ, ਓਪਰਚੁਨਿਟੀ ਦਾ ਇਹੀ ਲਾਹਾ ਦੱਸਿਆ ਵੀ ਤੂੰ ਰੱਬ ਦਾ ਰਾਹ ਲੱਭਣਾ ਭਾਈ, ਤੈਨੂੰ ਭੇਜਿਆ ਇਸ ਵਾਸਤੇ ਗਿਆ ਸੰਸਾਰ ਦੇ ਵਿੱਚ। ਪਰ ਮਨੁੱਖ ਨੇ ਕੀ ਕੀਤਾ ਵੀ ਕੂੜ ਅਤੇ ਕਪਟ ਕਮਾਉਂਦਾ। ਸਾਹਿਬ ਕਹਿੰਦਾ ਉਹ ਕਮਾ ਕੇ ਫਿਰ ਉਹਦਾ ਦਾਅਵੇਦਾਰੀ ਰੱਖਦਾ ਔਰ ਉਹਦੇ ਵਿੱਚੋਂ ਦੁੱਖ ਪ੍ਰਗਟ ਹੁੰਦਾ, ਗੁਰੂ ਤੋਂ ਬਗੈਰ ਉਹ ਰਾਹ ਲੱਭਦਾ ਨਹੀਂ। ਉੱਜੜ ਪੰਥ ਭਰਮੈ ਗਾ ਵਾਰੀ ਖਿਨ ਖਿਨ ਧੱਕੇ ਖਾਇਆ। ਮਹਾਰਾਜ ਅਸੀਂ ਨਹੀਂ ਕਰਦੇ ਫੋਲੋ ਤੁਹਾਨੂੰ, ਕੋਈ ਗੱਲ ਨਹੀਂ, ਅਸੀਂ ਮਹਾਂ ਦੁੱਖ ਜਿਹੜਾ ਉਹਨੂੰ ਸਹੇੜਿਆ ਸੀ
ਅਸੀਂ ਝੱਲ ਵੀ ਲਾਂਗੇ। ਇਹ ਭਾਵੇਂ ਸੁਣਨ 'ਚ ਔਖੀਆਂ ਜਿਹੀਆਂ ਗੱਲਾਂ ਲੱਗਦੀਆਂ ਨੇ, ਪਰ ਹਕੀਕਤ ਇਹੀ ਹੈ ਵੀ ਮਨੁੱਖ ਜਦੋਂ ਕਰਦਾ ਨਾ, ਹੁਣ ਉਹ ਆਉਂਦਾ ਵੀ ਕੋਈ ਨਹੀਂ ਵੇਖ ਲਾਂਗੇ, ਫਿਰ ਜਿਵੇਂ ਹੋਏਗਾ ਵੇਖੀ ਜਾਊਗੀ। ਉਹ ਵੇਖੀ ਜਾਈ ਇਹ ਹੁੰਦਾ ਵੀ ਮਨੁੱਖ ਅਗਲੀ ਜਿਹੜੀ ਹੋਣ ਵਾਲੀ ਕਿਰਿਆ ਹੈ ਜਾਂ ਜਿਹੜਾ ਉਹਦਾ ਅਗਲਾ ਰਿਜ਼ਲਟ ਹੈ, ਉਹਦੇ ਤੋਂ ਅੱਖ ਮੀਟ ਲੈਂਦਾ ਵੀ ਚੱਲ ਇਨ ਫਿਊਚਰ ਹੀ ਪਿਆ ਨਾ ਕੁਝ ਵੇਖਾਂਗੇ। ਸੱਚੇ ਪਾਤਸ਼ਾਹ ਇਨ ਫਿਊਚਰ ਕੁਝ ਰਹਿਣ ਨਹੀਂ ਦਿੰਦੇ ਕਰਮ 'ਚ ਵੀ ਤੁਸੀਂ ਇਹ ਸੋਚੋ ਵੀ ਇਨ ਫਿਊਚਰ ਦੇਖਾਂਗੇ। ਮਹਾਰਾਜ ਉਸ ਗੱਲ ਨੂੰ ਕਰਕੇ ਨਾਲ ਦੀ ਨਾਲ ਸਾਡਾ ਫਿਊਚਰ ਸਾਡੇ ਸਾਹਮਣੇ ਰੱਖ ਦਿੰਦੇ ਵੀ ਜੇ ਤੂੰ ਇਸ ਗਲੀ 'ਚੋਂ ਲੰਘੇਗਾ ਉਹਦਾ ਅਗਲਾ ਜਿਹੜਾ ਸਟੈਪ ਜਾਂ ਰਿਜ਼ਲਟ ਆ ਉਹ ਆ ਹੋਏਗਾ। ਹੁਣ ਮਨੁੱਖ ਦੀ ਆਪਣੀ ਚੋਇਸ ਆ ਵੀ ਉਹ ਸੋਚੇ ਵੀ ਨਹੀਂ ਇੰਨੇ ਟਾਈਮ ਪੀਰੀਅਡ 'ਚ ਤਾਂ ਚਲੋ ਆਨੰਦ ਲਓ, ਜ਼ਿੰਦਗੀ ਜੀਵੋ, ਅਗਲੀ ਵੇਖੀ ਜਾਊਗੀ। ਔਰ ਸਾਹਿਬ ਕਹਿੰਦੇ ਨੇ ਉਹਦੇ 'ਚ ਮਹਾਂ ਦੁੱਖ ਪ੍ਰਗਟ ਹੋਣਾ, ਤਿਆਰ ਰਹਿ। ਇੱਕ ਅਦੀਬ ਦੀ ਬੜੀ ਕਮਾਲ ਦੀ ਓਬਜ਼ਰਵੇਸ਼ਨ ਆ ਲਾਈਫ ਦੀ ਬੱਚਿਆਂ ਤੋਂ, ਬੱਚੇ ਕਿੱਥੋਂ ਸਿੱਖਦੇ ਨੇ। ਔਰ ਹਰ ਬੰਦੇ ਦਾ ਜੀਵਨ ਦਾ ਸਭ ਤੋਂ ਵੱਡਾ ਮੋਟਿਵ ਇਹੀ ਹੈ ਇਸ ਧਰਤੀ ਦੇ ਉੱਤੇ ਵੀ ਉਹਦੇ ਬੱਚੇ ਸੁਖੀ ਹੋ ਜਾਣ, ਉਹਦੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਮਿਲੇ, ਉਹਦੇ ਬੱਚਿਆਂ ਨੂੰ ਵਧੀਆ ਸੰਸਾਰ ਮਿਲੇ। ਹਰ ਬੰਦੇ ਦੀ, ਸੰਸਾਰੀ ਬੰਦੇ ਦੀ ਹਰ ਦੀ ਇਹੀ ਇੱਛਾ। ਔਰ ਸੇਮ ਇਹੀ ਕੰਮ ਕਰਦਾ। ਪਰ ਇਹਦੇ ਪਿੱਛੇ ਜਿਹੜੀ ਸਾਈਕੋਲੋਜੀ ਚੱਲਦੀ ਹੈ, ਮਨੋਵਿਗਿਆਨ ਚੱਲਦਾ, ਉਹ ਕੀ ਕਹਿੰਦਾ ਵੀ ਉਹ ਸੁਖਾਲਾ ਕਿਵੇਂ ਹੋਣਾ। ਤੁਸੀਂ ਬੱਚਿਆਂ ਨੂੰ ਉਂਗਲ ਫੜ ਕੇ ਜਾਂ ਜਿਸ ਰਾਹ ਦੇ ਉੱਤੇ ਤੁਰੇ ਤੁਸੀਂ ਬੱਚੇ ਤੁਹਾਨੂੰ ਫੋਲੋ ਕਰਦੇ ਤੁਰ ਰਹੇ ਨੇ, ਜਿਹੜੀਆਂ ਜਿਹੜੀਆਂ ਗਲੀਆਂ 'ਚ, ਜਿਹੜੇ ਜਿਹੜੇ ਰਾਹਾਂ 'ਚ, ਜਿਹੜੀਆਂ ਜਿਹੜੀਆਂ ਸੰਗਤਾਂ ਦੇ ਵਿੱਚ ਤੁਸੀਂ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ, ਉੱਥੋਂ ਸਾਰੀ ਲਾਈਫ ਨੂੰ ਅਬਜ਼ਰਵ ਕਰ ਰਹੇ ਨੇ, ਸਿੱਖ ਰਹੇ ਨੇ, ਉਹ ਤੁਸੀਂ ਉਹਨਾਂ ਨੂੰ ਸਬਕ ਦੇ ਰਹੇ ਜ਼ਿੰਦਗੀ ਦਾ। ਜੇ ਅਸੀਂ ਬੱਚਿਆਂ ਨੂੰ ਖੇਡ ਦੇ ਮੈਦਾਨ ਲੈ ਕੇ ਚਲੇ ਗਏ, ਬੱਚੇ ਨੂੰ ਤੁਸੀਂ ਉਹ ਐਕਸਪਲੇਨ ਕਰੋ ਨਾ ਕਰੋ, ਉਹਨੂੰ ਕਨਫਰਮ ਆ ਵੀ ਇੱਥੇ ਅਸੀਂ ਖੇਡਣ ਵਾਸਤੇ ਆਏ, ਅਤੇ ਜੇ ਉਹਦਾ ਬਾਪ, ਉਹਦੀ ਮਾਂ ਜਾਂ ਉਹਦੇ ਪਰਿਵਾਰ ਦੇ ਦੂਜੇ ਜੀ ਉੱਥੇ ਬਹੁਤ ਉਤਸ਼ਾਹ ਦੇ ਨਾਲ ਖੇਡਦੇ ਨੇ, ਤਾਂ ਜਿਹੜਾ ਉਹਨਾਂ ਦੇ ਵਿੱਚ ਸਭ ਤੋਂ ਛੋਟਾ ਉਹਨਾਂ ਨੂੰ ਅਬਜ਼ਰਵ ਕਰ ਰਿਹਾ, ਉਹਨੂੰ ਪਤਾ ਵੀ ਇਹ ਖੁਸ਼ੀ ਖੇੜੇ ਦਾ ਸੰਸਾਰ ਹੈ, ਚੰਗੀ ਚੀਜ਼ ਹੈ। ਇਹ ਗੱਲ ਥੋੜ੍ਹੀ ਜਿਹੀ ਸਮਝ ਲੈਣੀ ਸਤਸੰਗ ਜੀ, ਬੜੀ ਕਮਾਲ ਦੀ ਹੈ, ਧਿਆਨ ਦੇਣ ਵਾਲੀ। ਉਹਨੂੰ ਹੁਣ ਤੁਹਾਨੂੰ ਐਕਸਪਲੇਨ ਕਰਨ ਦੀ ਕੁਝ ਲੋੜ ਨਹੀਂ, ਉਹਨੂੰ ਪਤਾ ਹੈ। ਦੂਸਰੇ ਦਿਨ ਇੱਕ ਅਬੋਧ ਬੱਚਾ ਜਿਹੜਾ ਹਾਲੇ ਇਹਨਾਂ ਚੀਜ਼ਾਂ ਦੀ ਜਾਣਕਾਰੀ ਵੀ ਨਹੀਂ ਰੱਖਦਾ, ਤੁਹਾਨੂੰ ਵਾਰ ਵਾਰ ਉੱਧਰ ਨੂੰ ਤੁਰਨ ਵਾਸਤੇ ਪ੍ਰੇਰੇਗਾ ਵੀ ਉੱਥੇ ਚੱਲੀਏ। ਤਾਂ ਜਦੋਂ ਉਹਨਾਂ ਨੂੰ ਲੈ ਕੇ ਅਸੀਂ ਕਿਸੇ ਹੋਰ ਵਾਸਨਾਵਾਂ ਵਾਲੀ ਦੁਨੀਆ 'ਚ ਚਲੇ ਗਏ, ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਹਰ ਵੀਕਐਂਡ 'ਤੇ ਟਰੈਵਲ ਕਰਨ ਤੁਰ ਜਾਂਦੇ ਨੇ ਇਹਨਾਂ 'ਚ, ਮੋਟੀ ਜੀ ਗੱਲ, ਜਾਂ ਛੁੱਟੀਆਂ ਦੇ ਵਿੱਚ, ਹੁਣ ਬੱਚਿਆਂ ਨੂੰ ਐਕਸਪਲੇਨ ਕਰਨ ਦੀ ਲੋੜ ਹੈ ਵੀ ਇਹ ਕੰਮ ਕੀ ਹੈ, ਇਹਦਾ ਮਤਲਬ ਕੀ ਹੈ। ਘੁਮੱਕੜ ਬਿਰਤੀ ਦੇ ਉਹ ਬੱਚੇ ਸੁਭਾਵਿਕ ਹੀ ਹੋ ਜਾਣਗੇ, ਉਹਨਾਂ ਨੂੰ ਉਹ ਚੀਜ਼, ਕਿਉਂਕਿ ਉਹਦੇ ਵਿੱਚ ਵੱਡਿਆਂ ਨੂੰ ਉਹ ਦੇਖ ਰਹੇ ਨਾ ਵੀ ਰਸ ਆ ਰਿਹਾ, ਸਵਾਦ ਆ ਰਿਹਾ, ਤਾਂ ਉਹ ਸੋਚਣਗੇ ਵੀ ਆਹੀ ਲਾਈਫ ਆ। ਇਸ ਕਰਕੇ ਉਹਨਾਂ ਦੇ ਅੰਦਰ ਉਹੀ ਚੀਜ਼ਾਂ ਬੈਠਣਗੀਆਂ। ਇਨ ਫਿਊਚਰ ਤੁਸੀਂ ਦੇਖੋਗੇ ਮੋਸਟਲੀ ਬਹੁਤੇ ਬੱਚੇ ਉਵੇਂ ਦੇ ਹੀ ਹੁੰਦੇ ਆ ਜਿਵੇਂ ਦੇ ਉਹ ਫੈਮਿਲੀਜ਼ ਦੇ ਵਿੱਚ, ਜਿਵੇਂ ਦਾ ਮਾਹੌਲ ਦੇਖਦੇ ਹੋ ਬਹੁਤੇ। ਗੁਰਬਾਣੀ 'ਚ ਮਹਾਰਾਜ ਇਸ ਗੱਲ ਨੂੰ ਫਿਰ ਪ੍ਰਮਾਣਿਤ ਕਰਦੇ ਨੇ, ਕਿਉਂਕਿ ਇਹ ਫੇਕ ਜੀਵਨ ਨੂੰ ਜਿਉਂਦੀਆਂ ਓਪਰਚੁਨਿਟੀਜ਼ ਨੇ ਨਾ, ਵੀ ਇਹਨਾਂ ਦੇ ਵਿੱਚੋਂ ਸਿਰਫ ਸੰਸਾਰੀ ਵਾਸਨਾਤਮਕ ਜਾਂ ਇੰਦਰਿਆਵੀ ਰਸ ਨਿਕਲਦਾ, ਉਹਦੇ ਵਿੱਚੋਂ ਭਗਤੀ ਵਾਲਾ, ਪਰਮੇਸ਼ਵਰੀ ਪ੍ਰੇਮ ਵਾਲੀ ਤਾਂ ਕੋਈ ਚੀਜ਼ ਨਿਕਲਦੀ ਹੈ ਨਹੀਂ।
ਜਿਹਨੂੰ ਆਪਾਂ ਮਨੋਰੰਜਨ ਜਾਂ ਇੰਜੋਇਮੈਂਟ ਕਹਿੰਦੇ ਹਾਂ, ਉਹਦੇ ਵਿੱਚੋਂ ਉਹ ਤਾਂ ਨਿਕਲਦੀ ਨਹੀਂ ਜਿਹੜੀ ਹਕੀਕਤ ਆ। ਤਾਂ ਫਿਰ ਸਾਹਿਬ ਕਹਿੰਦੇ ਉਹ ਮਹਾਂ ਦੁੱਖ ਪਾਵੈ, ਉਹਦੇ ਵਿੱਚੋਂ ਨਾਲ ਦੀ ਨਾਲ ਉਹ ਸਭ ਕੁਝ ਤਿਆਰ ਹੋ ਰਿਹਾ ਹੈ, ਔਰ ਮਨੁੱਖ ਇਨ ਫਿਊਚਰ ਉਹਦੇ ਵਾਸਤੇ ਤਿਆਰ ਰਹੇ। ਇੱਕ ਫਿਰ ਉਹਨਾਂ ਨੇ ਪ੍ਰਮਾਣ ਦਿੱਤਾ ਬੜਾ ਕਮਾਲ ਦਾ, ਕੋਈ ਪੇਰੈਂਟਸ ਆਪਣੇ ਬੱਚਿਆਂ ਨੂੰ, ਜਿਹੜੇ ਯੰਗ ਬੱਚੇ ਨੇ ਹਾਲੇ ਜਵਾਨੀ 'ਚ ਪੈਰ ਰੱਖ ਰਹੇ, ਉਹਨਾਂ ਨੂੰ ਲੈ ਕੇ ਜਿਵੇਂ ਮੰਨ ਲਓ ਮਹਿਫਿਲ 'ਚ ਜਾਂਦੇ ਹਾਂ ਆਪਾਂ, ਕਿਸੇ ਪਾਰਟੀ 'ਚ ਗਏ, ਆਪ ਉੱਥੇ ਉਹਨੂੰ ਉਵੇਂ ਹੀ ਕਰਦੇ ਨੇ ਸਭ ਕੁਝ, ਖਾਣਾ ਪੀਣਾ ਹੱਸਣਾ ਨੱਚਣਾ ਹਾ 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 ਯੇ ਜੇ ਸਭ ਕੁਝ, ਗਾਣਿਆਂ 'ਤੇ ਯੇ ਵੋ ਹਰ ਤਰ੍ਹਾਂ ਦਾ ਕੰਮ ਕਰਨਾ। ਤਾਂ ਕਿਸੇ ਸਿਆਣੇ ਨੇ, ਕੋਈ ਉਹਨਾਂ ਦੇ ਬਹੁਤ ਅਜ਼ੀਜ਼ ਫਰੈਂਡਸ ਸਨ, ਉਹਨਾਂ ਨੇ ਗੱਲ ਕੀਤੀ, ਜਿਵੇਂ ਆਪਾਂ ਪਰਿਵਾਰਾਂ 'ਚ ਕਈ ਵਾਰੀ ਬਹਿੰਦੇ ਹਾਂ ਨਾ, ਤਾਂ ਗੱਲ ਸੁਭਾਵਿਕ ਹੀ ਕਰ ਲੈਂਦੇ ਹੁੰਦੇ ਵੀ ਬੱਚਿਆਂ 'ਤੇ ਕਿਹੜੀਆਂ ਚੀਜ਼ਾਂ ਦਾ ਕਿਵੇਂ ਅਸਰ ਪੈਂਦਾ, ਯੇ ਹੈ ਵੋ, ਉਹ ਵਿਚਾਰਨ ਲੱਗ ਗਏ, ਪੜ੍ਹੇ ਲਿਖੇ ਲੋਕ ਸਨ। ਤਾਂ ਉਹਨੇ ਬੜੀ ਜਿਹੀ ਹਿੰਮਤ ਕਰਕੇ ਉਸ ਅਦੀਬ ਨੇ ਕਿਹਾ ਵੀ ਇਹ ਸਾਰਾ ਕੁਝ ਉੱਥੇ ਜੋ ਅਸੀਂ ਕਰਦੇ ਹਾਂ ਬੱਚੇ ਉਹੀ ਚੀਜ਼ ਸਿੱਖ ਰਹੇ, ਪਰ ਇਹ ਓਪਰਚੁਨਿਟੀ ਅਸੀਂ ਉਹਨਾਂ ਨੂੰ ਕਨਫਰਮ ਕਰਾ ਰਹੇ ਹਾਂ ਵੀ ਤੁਹਾਡੀ ਲਾਈਫ ਤੁਸੀਂ ਐਵੇਂ ਹੀ ਜੀਣੀ, ਪਰ ਤੁਸੀਂ ਉਹਨਾਂ ਦਾ ਜਵਾਬ ਸੁਣੋ। ਉਹ ਕਹਿੰਦੇ ਕੋਈ ਨਹੀਂ ਜੀ, ਇਹ ਵੀ ਜੀ ਲੈਣਗੇ ਐਵੇਂ ਤਾਂ ਫਿਰ ਕੀ ਫਰਕ ਹੋਊਗਾ, ਇਹ ਸੋਹਣੀ ਜ਼ਿੰਦਗੀ। ਉਹ ਕਹਿੰਦੇ ਜੀ ਇਹਦਾ ਜਿਹੜਾ ਦੂਜਾ ਪਾਸਾ ਹੈ ਉਹਦੇ ਪ੍ਰਤੀ ਫਿਰ ਤੁਸੀਂ ਤਿਆਰ ਹੋ ਵੀ ਇਹਦੇ ਜਿਹੜੇ ਰਿਜ਼ਲਟਸ ਇਹਨਾਂ ਦੀ ਲਾਈਫ 'ਚ ਇਹਨਾਂ ਨੂੰ ਦੇਖਣੇ ਪੈਣੇ। ਕੋਈ ਨਹੀਂ ਜੀ, ਜਿੱਥੇ ਅਸੀਂ ਵੇਖ ਲੈਂਦੇ ਵੀ ਵੇਖ ਲੈਣਗੇ, ਹੁਣ ਤੁਸੀਂ ਇੱਥੇ ਕੀ ਕਰੋਗੇ। ਮਹਾਰਾਜ ਬਾਣੀ 'ਚ ਕੀ ਕਹਿੰਦੇ ਨੇ, ਬਾਬਾ ਫਰੀਦ ਜੀ, ਫਰੀਦਾ ਕੋ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦਿੰਦੇ ਆ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰ ਹੈ ਚਿੱਤ। ਵੀ ਮਨੁੱਖੀ ਮਨ ਦੇ ਅੰਦਰ, ਮਨੁੱਖੀ ਬਿਹੇਵ ਦੇ ਅੰਦਰ ਨੈਗੇਟਿਵਿਟੀ ਇੰਨੀ ਘਰ ਘਰ ਚੁੱਕੀ ਹੈ। ਬਾਬਾ ਫਰੀਦ ਜੀ ਇਹ ਗੱਲ ਕਹਿ ਰਹੇ ਨੇ ਅੱਜ ਤੋਂ ਸਦੀਆਂ ਪਹਿਲਾਂ, ਜਿਨ੍ਹਾਂ ਦੇ ਅੰਦਰ ਇੰਨੀ ਘਰ ਘਰ ਜਾਏ, ਬਾਬਾ ਫਰੀਦ ਜੀ ਕਹਿੰਦੇ ਨੇ ਵੀ ਉਹਨਾਂ ਨੂੰ ਜਿੰਨਾ ਮਰਜ਼ੀ ਮੱਤਾਂ ਦਿਓ ਉਹਨਾਂ ਨੇ ਤੁਹਾਡੀ ਗੱਲ ਨਹੀਂ ਸੁਣਨੀ। ਕਿਉਂ ਸੁਣਨਗੇ, ਮਨੁੱਖ ਨੂੰ ਉਹਦੇ ਵਿੱਚੋਂ ਰਸ ਆਉਂਦਾ, ਪਰ ਉਹ ਆਪ ਤੇ ਉਹ ਲਾਈਫ ਨੂੰ ਜੀ ਕੇ ਦੁਖੀ ਹੈ। ਉਹ ਸੋਚਦਾ ਵੀ ਜੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਵੀ ਉਵੇਂ ਦੁਖੀ ਹੋਣਗੇ ਤਾਂ ਕੋਈ ਨਹੀਂ, ਹੋਣ ਦਿਓ ਜੀ ਅਸੀਂ ਤਿਆਰ, ਫਿਰ ਕੀ, ਪਰ ਇਹ ਜ਼ਿੰਦਗੀ ਨੂੰ ਜਿਉਣਗੇ, ਰਸ ਲੈਣਗੇ। ਕਿਉਂਕਿ ਮਹਾਰਾਜ ਜੀ ਕੋਲ ਨਹੀਂ ਨਾ ਆ ਕੇ ਬੈਠੇ, ਫਿਰ ਦੂਜਾ ਪਾਸਾ ਪਤਾ ਨਹੀਂ ਲੱਗਦਾ, ਆਪਾਂ ਸੋਚਦੇ ਵੀ ਇਹ ਲਾਈਫ। ਔਰ ਸਾਹਿਬ ਕੀ ਕਹਿੰਦੇ ਨੇ, ਉਜੜ ਪੰਥ ਭਰਮੈ ਗਾ ਵਾਰੀ, ਵੀ ਇਹ ਕੀ ਹੈ, ਸੱਚੇ ਪਾਤਸ਼ਾਹ ਜੋ ਅਸੀਂ ਕਰ ਰਹੇ ਹਾਂ ਕੀ ਹੈ। ਸਾਹਿਬ ਕਹਿੰਦੇ ਨੇ ਇਹ ਉਜਾੜੇ ਵਾਲਾ ਰਾਹ ਹੈ, ਉਜੜਿਆ ਹੋਇਆ ਰਾਹ, ਯਾਨੀ ਖੁਆਰੀ ਵਾਲਾ ਰਾਹ ਹੈ, ਭਰਮ ਹੈ, ਫਿਰ ਉਹਦੇ ਉੱਤੇ ਤੁਸੀਂ ਭਟਕੋਗੇ ਹੀ, ਹੋਰ ਕੁਝ ਨਹੀਂ ਹੋ ਸਕਦਾ। ਗਾਵਾਰੀ ਮੂਰਖ, ਗਾਵਾਰ ਜਿਹਨੂੰ ਆਪਾਂ ਕਹਿੰਦੇ, ਵੀ ਉਸ ਰਾਹ ਦੇ ਉੱਤੇ ਜੇ ਤੁਸੀਂ ਤੁਰੋਗੇ ਤੇ ਤੁਸੀਂ ਭਟਕੋਗੇ, ਦੁਖੀ ਹੋਵੋਗੇ, ਤੁਹਾਨੂੰ ਕੋਈ ਸਿਆਣਾ ਕਹਿ ਨਹੀਂ ਸਕਦਾ। ਖਿੰਨ ਖਿੰਨ ਧੱਕੇ ਖਾਇਆ, ਸਾਹਿਬ ਕਹਿੰਦੇ ਨੇ ਇੱਕ ਇੱਕ ਖਿੰਨ ਉਹਦੇ ਵਿੱਚ ਧੱਕੇ ਹੀ ਨੇ, ਸਵਾਦ ਕਿਤੇ ਨਹੀਂ, ਜ਼ਿੰਦਗੀ ਦਾ ਰਸ ਕਿਤੇ ਨਹੀਂ ਉਹਦੇ ਵਿੱਚ। ਦੂਸਰੀ ਗੱਲ ਅੱਗੇ ਫਿਰ ਸਾਹਿਬ, ਆਪਾਂ ਇੱਕ ਸ਼ਬਦ ਬੜਾ ਸੁਣਦੇ ਹਾਂ, ਜਦੋਂ ਵਿਆਹ ਹੁੰਦਾ ਬੱਚੀ ਜਦੋਂ ਨੂੰ ਪੱਲਾ ਫੜਾਇਆ ਜਾਂਦਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਛ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੈ ਲਾਗੀ। ਹੁਣ ਇੱਥੇ ਵੇਖੋ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਿੱਡੇ ਕਮਾਲ ਦੇ ਬੋਲ ਨੇ। ਉਸਤਤ ਨਿੰਦਾ ਹੈ ਸੰਸਾਰੀ ਕਰਮ ਨੇ, ਵੀ ਜਿਹਨਾਂ ਨੂੰ ਜੇ ਕੋਈ ਚੰਗਾ ਲੱਗਦਾ ਆਪਾਂ ਉਹਦੀ ਸਲਾਹਨਾ ਕਰੀ ਜਾਂਦੀ, ਜਿਹੜੇ ਬੰਦੇ ਦੀ ਲੋੜ ਹੈ ਨਾ ਸਾਨੂੰ ਉਹਦੇ ਹਜ਼ਾਰ ਔਗਣ ਵੀ ਪਤਾ ਹੋਣਗੇ ਅਸੀਂ ਉਹਦੀ ਉਸਤਤ ਹੀ ਕਰਨੀ। ਨਿੰਦਾ, ਜਿਹੜੇ ਗੁਣ ਸਾਡੇ 'ਚ ਹੈ ਨਹੀਂ, ਅਸੀਂ ਉਹ ਕਮਾਉਣੇ ਵੀ ਨਹੀਂ, ਅਸੀਂ ਉਸ ਪਾਸੇ ਇੰਟਰਸਟਿਡ ਨਹੀਂ, ਉਹ ਗੁਣ ਕਿਸੇ 'ਚ ਹੋਣ ਉਹਨੂੰ ਵੇਖ ਕੇ ਜਦੋਂ ਅਸੀਂ ਚਰਚਾ ਸ਼ੁਰੂ ਕਰ ਦਿੰਦੇ ਹਾਂ ਉਹਨੂੰ ਨਿੰਦਾ ਕਹਿੰਦੇ। ਵੀ ਗੁਣਾਤਮਕ ਪੱਖੋਂ ਕੋਈ ਰੱਬੀ ਇਹ ਗੁਣਾਂ ਦੀ ਗੱਲ ਹੈ, ਦੁਨਿਆਵੀ ਤੌਰ 'ਤੇ ਵੀ ਜੇ ਕਿਸੇ 'ਚੋਂ ਪੋਜ਼ਿਟਿਵਿਟੀ ਸਾਤਵਿਕ ਗੁਣ ਹੋਣ ਤਾਂ ਜਦੋਂ ਉਹਦੇ ਬਾਰੇ ਚਰਚਾ ਹੋ ਰਹੀ ਹੈ ਔਰ ਉਹਨੂੰ ਘਟਾ ਕੇ ਪੇਸ਼ ਕੀਤਾ ਜਾ ਰਿਹਾ ਉਹਨੂੰ ਨਿੰਦਾ ਕਹਿੰਦੇ। ਨਿੰਦਕ ਕੌਣ ਆ ਗੁਰਬਾਣੀ 'ਚ? ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਕੀ ਕਹਿੰਦੀ ਹੈ ਵੀ ਨਿੰਦਕ ਕੌਣ ਆ? ਸਾਹਿਬ ਕਹਿੰਦੇ ਨੇ ਜਿਹਦਾ ਜਿਹਦੇ ਅੰਦਰ ਕਿਸੇ ਦੇ ਗੁਣਾਂ ਨੂੰ ਵੇਖ ਕੇ ਈਰਖਾ ਪੈਦਾ ਹੋਵੇ ਉਹ ਨਿੰਦਕ ਹੋਵੇ। ਔਰ ਉਹਦੀ ਦੂਸਰੀ ਪਹਿਚਾਣ ਕੀ ਹੈ? ਜਦੋਂ ਕਿਸੇ ਬੰਦੇ ਦੀ ਸਿਫਤ ਉਹਦੇ ਸਾਹਮਣੇ ਹੋ ਰਹੀ ਹੋਏਗੀ, ਉਸ ਗੁਣਾਤਮਕ ਪੱਖੋਂ ਜਿਹੜਾ ਅਮੀਰ ਇਨਸਾਨ ਹੈ, ਉਦੋਂ ਉਹਨਾਂ ਦੇ ਮਨ ਦੇ ਵਿੱਚ ਤਕਲੀਫ ਉਹ ਮਹਿਸੂਸ ਕਰ ਰਹੇ ਹੋਣਗੇ। ਜਦੋਂ ਕਿਸੇ ਦੀ ਸਿਫਤ ਹੋ ਰਹੀ ਹੈ, ਉੱਥੇ ਕੋਈ ਚੰਗੀ ਗੱਲ ਕਰਨ ਵਾਲੇ ਦੀ ਕੋਈ ਗੱਲ ਚੱਲ ਰਹੀ ਹੈ, ਉਹਦੇ ਬਾਰੇ ਕੋਈ ਹੋਇਆ ਵੀ ਇਹ ਬਹੁਤ ਭਗਤੀ ਕਰਨ ਵਾਲੇ ਨੇ, ਬਹੁਤ ਰੱਬੀ ਪਿਆਰ ਵਾਲੇ ਨੇ, ਬਹੁਤ ਚੰਗੇ ਨੇ, ਕੋਈ ਵਿਦਵਾਨ ਨੇ ਜਾਂ ਕੋਈ ਬਹੁਤ ਧਾਰਮਿਕ ਚੰਗੇ ਕਰਮ ਕਰਨ ਵਾਲੇ, ਤਾਂ ਜਿਹੜਾ ਈਰਖਾਲੂ ਮਨੁੱਖ ਹੋਏਗਾ ਉਹਦੇ ਮਨ 'ਚ ਉਦੋਂ ਹੀ ਅੱਗ ਲੱਗ ਜਾਏਗੀ, ਦੁਖੀ ਹੋਏਗਾ। ਜਿਵੇਂ ਹੀ ਉਹਦੀ ਕੋਈ ਘਟਾ ਕੇ ਗੱਲ ਪੇਸ਼ ਕੀਤੀ ਜਾਏਗੀ ਵੀ ਕੋਈ ਔਗੁਣ ਗੱਲ ਚੱਲੇਗੀ ਔਗੁਣ ਦੀ, ਉਦੋਂ ਉਹ ਬੜਾ ਉਤਸ਼ਾਹਿਤ ਹੋ ਜਾਏਗਾ, ਉਸੇ ਚਰਚਾ ਦੇ ਵਿੱਚ ਇਨਵਾਲਵ ਹੋ ਜਾਊ। ਇਹ ਨਿੰਦਕ ਦੀ ਪਹਿਚਾਣ, ਬੁਰੇ ਇਨਸਾਨ ਦੀ ਆ ਪਹਿਚਾਣ ਗੁਰਬਾਣੀ 'ਚ ਜੋ ਮਹਾਰਾਜ ਜੀ ਨੇ ਦੱਸੀ। ਹਬ ਇਹਦੇ 'ਚ ਹੈ ਉਸਤਤ ਨਿੰਦਾ ਨਾਨਕ ਜੀ, ਮੈਂ ਹਬ ਵੰਜਾਈ ਛੋੜਿਆ। ਸੱਚੇ ਪਾਤਸ਼ਾਹ ਮੈਂ ਉਸਤਤ ਨਿੰਦਾ ਇਹ ਦੋਵੇਂ ਹੀ ਛੱਡ ਦਿੱਤੀਆਂ। ਜਦੋਂ ਗੁਰੂ ਨੂੰ ਮਿਲਣਾ, ਜਦੋਂ ਰੱਬ ਨੂੰ ਮਿਲਣਾ, ਆਹ ਸਭ ਕੁਝ ਛੱਡਣਾ ਪੈਂਦਾ। ਹਬ ਕਿਛ ਤਿਆਗੀ ਛੋੜਿਆ ਵੰਜਾਈ, ਹਬ ਕਿਛ ਤਿਆਗੀ, ਇੱਕੋ ਹੀ ਤਕਰੀਬਨ ਸਿਮੀਲਰ ਅਰਥਾਂ ਵਾਲੇ ਸ਼ਬਦ ਨੇ, ਪਰ ਮਹਾਰਾਜ ਜੀ ਨੇ ਤਿੰਨ ਵਾਰੀ ਦ੍ਰਿੜ ਕਰਾਈ ਇਹ ਗੱਲ ਵੀ ਛੱਡ ਦਿੱਤਾ। ਇਹਦਾ ਮਤਲਬ ਵੀ ਇਹ ਕਨਫਰਮੇਸ਼ਨ ਆ ਵੀ ਬਹੁਤ ਜ਼ੋਰ ਦੇ ਕੇ ਮਹਾਰਾਜ ਜੀ ਸਾਨੂੰ ਗੱਲ ਦੱਸ ਰਹੇ ਨੇ। ਹੱਬੇ ਸਾਕ ਕੁੜਾਵੇ ਡਿੱਠੇ, ਮੋਹ ਕੀ ਸੀ, ਕੂੜ ਕੀ ਹੈ, ਵਿਖਿਆ ਰੰਗ ਕੁੜਾਵਿਆ ਕੀ ਹੈ, ਵੀ ਉਸ ਜੀਵ ਇਸਤਰੀ ਨੂੰ ਸੰਸਾਰ ਦਾ ਹੋਰ ਸਾਰੇ ਦਾ ਸਾਰਾ ਰਿਲੇਸ਼ਨ ਜਿਹੜਾ ਉਹ ਕੂੜਾ ਯਾਨੀ ਝੂਠਾ ਨਜ਼ਰ ਆਇਆ, ਵੀ ਉਹਨੂੰ ਲੱਗਿਆ ਵੀ ਉੱਥੇ ਮੇਰੀ ਜ਼ਿੰਦਗੀ ਹੈ ਨਹੀਂ, ਔਰ ਹਕੀਕਤ ਹੈ ਵੀ ਉੱਥੇ ਜ਼ਿੰਦਗੀ ਹੈ ਨਹੀਂ ਉਹਦੀ, ਤਾਂ ਉਹ ਪੱਲੇ ਤੈਂਡੇ ਲੱਗੀ। ਮੈਂ ਜਦੋਂ ਇਹ ਸਭ ਕੁਝ ਕਨਫਰਮ ਕਰ ਲਿਆ, ਮੈਨੂੰ ਇਹ ਪਤਾ ਲੱਗ ਗਿਆ, ਉਦੋਂ ਮੈਂ ਤੇਰਾ ਪੱਲਾ ਫੜਿਆ। ਆਹ ਤਾਂ ਆਪਣੀਆਂ ਰਸਮਾਂ ਹੀ ਨੇ ਜੀ, ਦੁਨਿਆਵੀ ਤੌਰ 'ਤੇ ਬਹੁਤਾ ਤਾਂ ਬਿਲਕੁਲ ਵੀ ਨਹੀਂ ਪਤਾ ਸਾਨੂੰ, ਮਾਈਨਰ ਜਿਹਾ ਵੀ ਨਹੀਂ ਪਤਾ ਵੀ ਇਹਦਾ ਮਤਲਬ। ਪਰ ਮਹਾਰਾਜ ਇੱਥੇ ਪਰਮੇਸ਼ਵਰ ਦੇ ਮਾਮਲੇ 'ਚ ਗੱਲ ਕਰ ਰਹੇ, ਜਦੋਂ ਉਹ ਵੀ ਹੁੰਦਾ ਨਾ, ਇਹ ਸਾਰੀ ਰੱਬੀ ਦੁਨੀਆ ਦਾ ਇੱਕ ਕਰਮ ਆ ਵੀ ਜੀਵ ਇਸਤਰੀ ਨੂੰ ਪਰਮਾਤਮਾ ਅਤੇ ਗੁਰੂ ਦੀ ਅਹਿਮੀਅਤ ਮਹਿਸੂਸ ਹੋਵੇ, ਔਰ ਰੱਬ ਤੱਕ ਜਾਣ ਦਾ ਵੇ ਕੀ ਹੈ ਵੀ ਪ੍ਰਕਰਮਾ ਗੁਰੂ ਦੀ ਕਰਨੀ ਪਏਗੀ ਸਾਰੀ ਉਮਰ, ਤਾਂ ਉਮਰ ਜੇ ਤੁਸੀਂ ਪ੍ਰਕਰਮ, ਆਹ ਚਾਰ ਪ੍ਰਕਰਮਾ ਨਹੀਂ ਹੈਗੀ, ਉਹ ਤਾਂ ਸਿਰਫ ਦ੍ਰਿੜ ਕਰਾਉਣ ਵਾਸਤੇ ਹੈ।
ਉਹਨਾਂ ਨੇ ਪ੍ਰਣ ਲੈ ਲਿਆ ਵੀ ਸੱਚੇ ਪਾਤਸ਼ਾਹ ਸਾਰੀ ਉਮਰ ਤੇਰੀ ਪਰਿਕਰਮਾ, ਦੈਟ ਮੀਨਸ ਤੇਰੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਵਾਂਗਾ। ਇਹ ਕਮਿਟਮੈਂਟ ਹੈ, ਆਪਾਂ ਇੱਥੇ ਜੋ ਸੁਣਦੇ ਵੀ ਹਾਂ ਨਾ, ਕਈ ਵਾਰੀ ਬੋਲਦੇ ਵੀ ਨੇ ਉਹ ਇਹ ਕਮਿਟਮੈਂਟ, ਕਮਿਟਮੈਂਟ ਇਹ ਦੁਨਿਆਵੀ ਨਹੀਂ ਹੈਗੀ, ਇਹ ਆਤਮਕ ਆ, ਅੰਦਰ ਦੀ ਹੈ। ਇਸ ਕਰਕੇ ਬਾਹਰੀ ਤੌਰ 'ਤੇ ਜਿਹੜਾ ਉਹ ਮਿਲਣ ਨਾ ਜਾਂ ਵਿਆਹ ਦਾ ਕੁਝ ਬਣਨਾ ਨਹੀਂ ਬਣਨਾ ਉਹਦਾ ਕੋਈ ਕੰਸਰਨ ਨਹੀਂ ਹੈਗਾ। ਮਨੁੱਖ ਉਹਦੇ 'ਚ ਟੁੱਟਦੇ ਵੀ ਨੇ, ਛੁੱਟਦੇ ਵੀ ਨੇ, ਇੱਕ ਦੂਜੇ ਤੋਂ ਬਿਲਕੁਲ ਵੱਖ ਰਹਿ ਕੇ ਵੀ ਜਿਉਂਦੇ ਨੇ, ਉਹ ਹੁੰਦਾ, ਔਰ ਉਹ ਚੱਲਦਾ ਹੀ ਰਹਿਣਾ, ਕਿਉਂਕਿ ਗੁਣਾਤਮਕ ਪੱਖੋਂ ਜਿੱਥੇ ਸਾਂਝ ਨਹੀਂ, ਇੱਕ ਦੂਜੇ ਦੇ ਪ੍ਰਤੀ ਜਿੱਥੇ ਕਿਸੇ ਦੇ ਅੰਦਰ ਕੋਈ ਕਸ਼ਿਸ਼ ਨਹੀਂ, ਔਰ ਇਹ ਕਸ਼ਿਸ਼ ਸਾਤਵਿਕ ਗੁਣਾਤਮਕ ਹੁੰਦੀ ਹੈ, ਜੇ ਉਹ ਹੈ ਹੀ ਨਹੀਂ ਉੱਥੇ ਕਦੀ ਸਾਂਝ ਬਣਨੀ ਹੀ ਨਹੀਂ। ਹਾਂ, ਦੁਨਿਆਵੀ ਤੌਰ 'ਤੇ ਉਹ ਕਾਗਜ਼ੀ ਰਿਲੇਸ਼ਨ ਚੱਲਦਾ ਰਹਿੰਦਾ, ਔਰ ਮੋਸਟਲੀ ਉਹ ਕਾਗਜ਼ੀ ਹੁੰਦੇ, ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ, ਆਪਾਂ ਇਹ ਕਹਾਵਤ ਹੀ ਹੈ ਪੰਜਾਬੀ, ਉਹਦਾ ਸਿਰਫ ਉਹਦਾ ਤੱਤ ਆ ਹੀ। ਤੋ ਇਹ ਜਿਹੜਾ ਰੱਬੀ ਦੁਨੀਆ ਹੈ ਇਹਦੇ ਵਿੱਚ ਕਮਿਟਮੈਂਟ ਏਡੀ ਵੱਡੀ ਹੈ ਸਾਧ ਸੰਗਤ, ਔਰ ਪਰਿਕਰਮਾ ਕਰਨ ਵਾਲੇ ਨੂੰ ਪਤਾ ਹੀ ਨਹੀਂ ਵੀ ਮੈਂ ਇਹ ਕਰਨ ਕੀ ਰਿਹਾ। ਭਾਵੇਂ ਆਪਾਂ ਵੀ ਕਰਦੇ ਨਾ, ਸਾਰੇ ਮੱਥਾ ਟੇਕ ਕੇ ਪਰਿਕਰਮਾ ਹੀ ਕਰਦੇ, ਇਹਦਾ ਮਤਲਬ ਇਹੀ ਹੈ ਵੀ ਸਾਰੀ ਉਮਰ ਵਾਸਤੇ ਤਹੀਆ ਕਰਨਾ, ਸੱਚੇ ਪਾਤਸ਼ਾਹ ਮੇਰਾ ਚਿੰਤਨ, ਮੇਰੀ ਸੋਚ, ਮੇਰੇ ਜੀਵਨ ਦਾ ਹਰ ਕਰਮ ਤੇਰੇ ਦੁਆਲੇ ਘੁੰਮੇਗਾ, ਤੇਰੇ ਉਪਦੇਸ਼ ਦੇ ਅੰਦਰ ਚੱਲੇਗਾ। ਪਰ ਸਾਡਾ ਤਾਂ ਇਹ ਹੁੰਦਾ ਵੀ ਗੇੜਾ ਕੱਢ ਕੇ ਤਾਂ ਸਾਡੀ ਕਹਾਣੀ ਮੁੱਕ ਜਾਂਦੀ ਹੈ। ਔਰ ਸਾਹਿਬ ਕੀ ਕਹਿੰਦੇ ਨੇ ਵੀ ਉਹਦੇ ਨਾਲ ਰਿਲੇਸ਼ਨ ਉਦੋਂ ਬਣਦਾ ਹੈ, ਹੱਬੇ ਸਾਕ ਕੁੜਾਵੇ ਡਿੱਠੇ, ਜਦੋਂ ਦੁਨਿਆਵੀ ਤੌਰ 'ਤੇ ਹਰ ਚੀਜ਼ ਦੀ ਵੈਲਿਊ ਉਹਦੇ ਮੁਕਾਬਲੇ 'ਚ ਜੀਰੋ ਮਹਿਸੂਸ ਹੋਵੇ, ਲੱਗ ਜਾਏ ਪਤਾ ਇਸ ਗੱਲ ਦਾ, ਤਾਂ ਉਹ ਪੱਲੇ ਤੰਡੇ ਲੱਗ, ਫਿਰ ਤੇਰਾ ਪੱਲਾ ਫੜਿਆ। ਵੀ ਗੁਰੂ ਦਾ ਪੱਲਾ ਵੀ ਮਨੁੱਖ ਉਦੋਂ ਹੀ ਫੜਦਾ ਜਦੋਂ ਦੁਨਿਆਵੀ ਵਾਸਨਾਤਮਕ ਜੀਵਨ ਤੋਂ ਉਹ ਤੌਬਾ ਕਰਨਾ ਚਾਹੁੰਦਾ ਵੀ ਮਹਾਰਾਜ ਇਹ ਜ਼ਿੰਦਗੀ ਮੈਂ ਨਹੀਂ ਜੀਣੀ ਹੁਣ ਜਿਹੜੀ ਮੈਂ ਜਿਉਂ ਰਿਹਾ ਜਾਂ ਜਿਵੇਂ ਮੈਂ ਰਹਿੰਦਾ। ਬਹੁਤਾ ਸਾਡਾ ਸਾਰਿਆਂ ਦਾ ਹੀ ਦਾਅਵਾ ਵੀ ਅਸੀਂ ਗੁਰੂ ਵਾਲੇ ਹਾਂ, ਕਦੀ ਗੁਰੂ ਦੇ ਉਪਦੇਸ਼ ਦੇ ਨਾਲ ਉਹਨੂੰ ਕੰਪੈਰੀਟਿਵਲੀ ਦੇਖੀਏ ਫਿਰ ਆਪਣੀ ਔਕਾਤ ਪਤਾ ਲੱਗ ਜਾਏਗੀ ਵੀ ਅਸੀਂ ਸੱਚੇ ਪਾਤਸ਼ਾਹ ਤੇਰੇ ਕਿਤੇ ਨੇੜੇ ਤੇੜੇ ਵੀ ਨਹੀਂ। ਤੋ ਸਾਹਿਬ ਉਹ ਚੀਜ਼ਾਂ ਸਾਨੂੰ ਸਮਝਾਉਂਦੇ ਨੇ। ਔਰ ਦੂਸਰਾ ਵੇਖੋ ਅਗਾਂਹ ਫਿਰ ਮਹਾਰਾਜ ਉਹਨੂੰ ਹੋਰ ਐਕਸਪਲੇਨ ਕਰਦੇ, ਫਿਰਦੀ ਫਿਰਦੀ ਨਾਨਕ ਜੀਓ ਹਉ ਪਾਵੀ ਠੀ ਬਹੁਤ ਦਿਸਾਵਰ ਪੰਦਾ, ਵੀ ਤੇਰਾ ਪੱਲਾ ਕਿਉਂ ਫੜਿਆ, ਆ ਸੰਸਾਰ ਕਿਉਂ ਕੂੜਾ ਲੱਗਿਆ। ਇਹ ਰੀਅਲਾਈਜੇਸ਼ਨ ਹੋ ਗਈ, ਕਿਵੇਂ ਹੋ ਗਈ? ਸਾਹਿਬ ਕਹਿੰਦੇ ਨੇ ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਥੀ, ਮੈਂ ਭਟਕਦੀ 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 ਵੀ ਸੰਸਾਰ ਦੇ ਨਾ ਸਾਰੇ ਰਸਾਂ ਕਸਾਂ ਦੇ ਵਿੱਚ ਮੈਂ ਟੱਕਰਾਂ ਮਾਰ ਬੈਠਾ ਜਾਂ ਮਾਰ ਬੈਠੀ ਹਾਂ। ਫਾਵੀ ਥੀ ਦਾ ਮਤਲਬ ਹੁੰਦਾ ਹੈ, ਫਾਵੀ ਦਾ ਮਤਲਬ ਹੁੰਦਾ ਵਿਆਕੁਲ ਹੋ ਜਾਣਾ, ਥੱਕ ਜਾਣਾ, ਡੌਰੀ ਭੌਰੀ ਹੋ ਜਾਣਾ, ਕਮਲਾ ਜਿਹਾ ਜਿਵੇਂ ਬੰਦਾ ਹੋ ਜਾਂਦਾ ਵੀ ਸੱਚੇ ਪਾਤਸ਼ਾਹ ਇਹ ਟੱਕਰਾਂ ਮਾਰ ਮਾਰ ਕੇ ਮੈਂ ਕਮਲੀ ਹੋ ਗਈ। ਇਹ ਜੀਵ ਆਤਮਾ ਦੀ ਗੱਲ, ਜੀਵ ਇਸਤਰੀ ਦੀ। ਬਹੁਤ ਦਿਸਾਵਰ ਪੰਦਾ, ਔਰ ਮੈਂ ਮੇਰਾ ਇਹ ਐਕਸਪੀਰੀਅੰਸ ਕਿਸੇ ਇੱਕ ਦਿਸ਼ਾ ਦਾ ਨਹੀਂ ਹੈਗਾ, ਇੱਕ ਪਾਸੇ ਦਾ ਨਹੀਂ ਹੈਗਾ। ਸੱਚੇ ਪਾਤਸ਼ਾਹ ਮੈਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਟੱਕਰਾਂ ਮਾਰ ਮਾਰ ਕੇ ਵੇਖ ਲਈਆਂ ਨੇ, ਮੈਂ ਸਾਰੇ ਐਕਸਪੀਰੀਅੰਸਿਸ ਕਰ ਕਰਕੇ ਵੇਖ ਲਏ।
ਤਾਂ ਹੋ ਸੁਖ ਸੁਖਾਲੀ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ। ਹੁਣ ਟਿਕਾ ਕਿਵੇਂ ਬਣਿਆ? ਸਾਹਿਬ ਕਹਿੰਦੇ ਨੇ ਵੀ ਉਦੋਂ ਬਣਿਆ ਜਦੋਂ ਮਨੁੱਖ ਭਟਕ ਭਟਕ ਕੇ ਇਹ ਗੱਲ ਸਮਝ ਗਿਆ ਵੀ ਉਹਦੀ ਸ਼ਰਨ ਤੋਂ ਬਗੈਰ, ਉਹਦੇ ਹਜ਼ੂਰ ਡਿੱਗਣ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਹੈਗਾ ਵੀ ਮੇਰੀ ਆਤਮਾ ਜਿਹੜੀ ਆ ਉਹ ਸਕੂਨ 'ਚ ਚਲੀ ਜਾਓ, ਆਨੰਦ 'ਚ ਚਲੀ ਜਾਓ, ਟਿਕਾ 'ਚ ਚਲੀ ਜਾਓ। ਤਾਂ ਹੋ ਸੁੱਖ ਸੁਖਾਲੀ ਸੁੱਤੀ, ਕਦੋਂ ਉਹ ਸੁੱਖ ਦੀ ਨੀਂਦ ਆਈ ਜਾਂ ਗੁਰਮਿਲ ਸੱਜਣ ਮੈਂ ਲੱਦਾ, ਜਦੋਂ ਮੈਂ ਗੁਰੂ ਨੂੰ ਮਿਲੀ, ਗੁਰੂ ਨੇ ਰਹਿਮਤ ਕੀਤੀ, ਮੈਨੂੰ ਉਹ ਸੱਜਣ ਮਿਲ ਗਿਆ, ਯਾਨੀ ਰੱਬ ਮਿਲ ਗਿਆ। ਕੂੜ ਵੀ ਗੁੱਤੀ ਤਾਂ ਫਿਰ ਮੁੱਤੀ, ਸਾਹ ਤਨ ਮਾਹਲ ਨਾ ਪਾਈ। ਮਨੁੱਖ ਫਿਰ ਵੀ ਜੇ ਇਸ ਪਾਸੇ ਦੂਜੇ ਪਾਸੇ ਦੌੜੇ, ਗੁਰੂ ਦਾ ਸ਼ਬਦ ਨਾ ਸੁਣ ਸਾਰੇ ਨਹੀਂ ਨੇ ਆਪਾਂ, ਇਹ ਸੁਣਨ ਦੀ ਕਿਰਿਆ ਕੋਈ ਬਹੁਤ ਵੱਡੀ ਵੀ ਨਹੀਂ ਹੈਗੀ ਜੀ। ਪਹਿਲੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਸੁਣਦੀ ਗੁਰੂ ਨਾਨਕ ਸਾਹਿਬ ਜੀ ਜਪ ਬਾਣੀ 'ਚ ਗੱਲ ਕਰ ਰਹੇ ਨੇ ਨਾ, ਉਹ ਸੁਣਨਾ ਬਹੁਤ ਵੱਡਾ, ਇਹਨੂੰ ਉਹਦੇ ਨਾਲ ਕੰਪੇਅਰ ਨਹੀਂ ਕਰਨਾ। ਜਦੋਂ ਮਹਾਰਾਜ ਕਹਿੰਦੇ ਨੇ ਨਾ, ਸੁਣਿਆ ਸਿੱਧ ਪੀਰ ਸੁਰਨਾਤ, ਸੁਣਿਆ ਤਰਤ ਤਵਲ ਆਕਾਸ਼, ਉਹ ਵੱਡੀਆਂ ਗੱਲਾਂ। ਆਪਾਂ ਜਦੋਂ ਇੱਥੋਂ ਗੱਲ ਕਰਦੇ ਹੁੰਦੇ ਆਪਸ 'ਚ ਬੈਠੇ ਇੱਕ ਦੂਜੇ ਦੇ ਨਾਲ ਵੀ, ਇੱਕ ਗੁਰੂ ਦੀ ਗੱਲ ਨੂੰ ਸੁਣਨਾ, ਉੱਥੇ ਸੁਣਨਾ ਜਿਹੜਾ ਉਹ ਸਿਰਫ ਸ਼ਬਦ ਦੇ ਨਾਲ, ਸ਼ਬਦ ਦੀ ਸਾਊਂਡ ਨੂੰ, ਸ਼ਬਦ ਦੇ ਭਾਵ ਨੂੰ, ਸ਼ਬਦ ਦੇ ਅਰਥ ਨੂੰ ਵੇਖਣਾ ਬਸ। ਜਿਵੇਂ ਮਹਾਰਾਜ ਆਪਾਂ ਕਹੀਏ ਵੀ ਗੁਰੂ ਦੀ ਗੱਲ ਸੱਚੀ ਹੈ, ਆਦਿ ਸੱਚ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮਹਾਰਾਜ ਕਹਿ ਰਹੇ ਨੇ ਵੀ ਉਹ ਆਦਿ 'ਚ ਵੀ ਸੱਚਾ ਸੀ, ਜੁਗਾਦ ਸੱਚ, ਜੁਗਾਂ ਦੇ ਆਦਿ 'ਚ ਵੀ ਉਹ ਸੱਚਾ ਸੀ, ਯਾਨੀ ਸੱਚਾ ਹੁੰਦਾ ਜਿਹੜੀ ਸਥਿਰ ਹਸਤੀ ਇੱਕੋ ਹੀ ਰਹੇ ਹਰ ਸਮੇਂ, ਹੈ ਵੀ ਸੱਚ, ਹੁਣ ਵੀ ਉਹੀ ਸੱਚ, ਉਵੇਂ ਦਾ ਉਵੇਂ। ਸਾਰੇ ਯੁੱਗਾਂ 'ਚ ਸੱਚ ਕਦੀ ਨਹੀਂ ਬਦਲਿਆ, ਨਾ ਹੀ ਕਦੀ ਬਦਲੇਗਾ। ਨਾਨਕ ਹੋਸੀ ਵੀ ਸੱਚ, ਕਨਫਰਮੇਸ਼ਨ ਜਪ ਬਾਣੀ 'ਚ ਹੈ, ਜਿਹੜੇ ਸਿਰਫ ਆਰੰਭ ਦੇ ਵਿੱਚ ਪਹਿਲਾ ਸਲੋਕ ਅਤੇ ਮੂਲ ਮੰਤਰੀ ਪੜ੍ਹਦੇ ਨੇ, ਉਹਨਾਂ ਨੂੰ ਸੱਚ ਬਾਰੇ ਕੋਈ ਬਹੁਤੀ ਖੋਜ ਕਰਨ ਦੀ ਲੋੜ ਹੀ ਨਹੀਂ ਹੈ। ਬਾਹਰੀ ਤੌਰ 'ਤੇ ਉਂਝ ਸੋਚ, ਸੱਚ ਦੀ ਜਿਹੜੀ ਅੰਦਰ ਦੀ ਖੋਜ ਆ ਉਹ ਓਨਾ ਚਿਰ ਤੱਕ ਨਹੀਂ ਮੁੱਕਦੀ ਜਿੰਨਾ ਚਿਰ ਉਹਦੇ ਵਿੱਚ ਮਰਜ ਨਾ ਹੋ ਜਾਵੇ। ਤੋ ਸੱਚ ਹਰ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਦੱਸ ਦਿੱਤਾ ਸਾਨੂੰ ਵੀ ਉਹ ਇੱਕੋ ਜਿਹਾ ਰਹਿੰਦਾ। ਝੂਠ ਹਮੇਸ਼ਾ ਆਪਣੀ ਜਗ੍ਹਾ ਬਦਲਦਾ, ਆਪਣਾ ਲਿਹਾਜ਼ ਬਦਲਦਾ, ਆਪਣਾ ਲਿਬਾਜ਼ ਬਦਲਦਾ, ਆਪਣੀ ਫਿਤਰਤ ਬਦਲਦਾ, ਆਪਣੀ ਸ਼ਕਲ ਬਦਲਦਾ। ਔਰ ਮਨੁੱਖ ਝੂਠ ਦੇ ਵਿੱਚ ਜਿਉਣਾ ਜ਼ਿਆਦਾ ਚੰਗਾ ਸਮਝਦਾ, ਇਸ ਕਰਕੇ ਉਹ ਆਪਣੇ ਲਿਬਾਜ਼ ਵੀ ਬਹੁਤ ਬਦਲਦਾ, ਲਿਹਾਜ਼ ਵੀ ਬਹੁਤ ਬਦਲਦਾ, ਮੇਕਅਪ ਕਰ ਕਰਕੇ ਆਪਣੀਆਂ ਸ਼ਕਲਾਂ ਵੀ ਬੜੀਆਂ ਬਦਲਦਾ। ਪਰ ਉਹਨੂੰ ਸਕੂਨ ਕਦੋਂ ਆਉਂਦਾ? ਜਦੋਂ ਉਹ ਆਪਣੇ ਉਹ ਬਾਹਰੀ ਝੂਠੇ ਲਿਬਾਜ਼ ਲਾ ਦਿੰਦਾ, ਜਦੋਂ ਉਹ ਆਪਣੀ ਸ਼ਕਲ ਦੇ ਉੱਤੋਂ ਮੇਕਅਪ ਲਾ ਦਿੰਦਾ, ਉਦੋਂ ਮੂੰਹ ਮਾਂ ਧੋ ਕੇ ਜਦੋਂ ਉਹ ਫਿਰ ਕਿਤੇ ਜਾ ਕੇ ਆਪਣੇ ਘਰ ਕਿਸੇ ਮੰਜੀ 'ਤੇ, ਕਿਸੇ ਬੈਂਚ 'ਤੇ, ਕਿਸੇ ਕੁਰਸੀ 'ਤੇ ਬਵੇ, ਉਦੋਂ ਉਹਨੂੰ ਰਿਲੈਕਸੇਸ਼ਨ ਫੀਲ ਹੁੰਦੀ। ਫਿਰ ਚਰਚਾ ਉਹਦੀ ਹੀ ਕਰੇਗਾ ਉਹ, ਜਿਹੜੇ ਝੂਠੇ ਸੰਸਾਰ 'ਚੋਂ ਉਹ ਗੇੜਾ ਕੱਢ ਕੇ ਹੋਇਆ। ਕੁਦਰਤੀ ਤੌਰ 'ਤੇ ਹਰ ਚੀਜ਼ ਅੰਦਰ ਛਾਪ ਛੱਡਦੀ ਹੈ ਨਾ, ਇਹੋ ਜਿਹਾ ਕੋਈ ਕਰਮ ਨਹੀਂ ਹੈਗਾ ਜਿਹੜਾ ਤੁਸੀਂ ਉਹਦੇ 'ਚ ਪੂਰਾ ਇੰਟਰਸਟਿਡ ਹੋ ਕੇ ਉਹਨੂੰ ਕਰ ਰਹੇ ਹੋ ਅਤੇ ਉਹ ਤੁਹਾਡੇ ਉੱਤੇ ਛਾਪ ਨਹੀਂ ਛੱਡੇਗਾ, ਇਸ ਭੁਲੇਖੇ 'ਚ ਬਿਲਕੁਲ ਨਹੀਂ ਰਹਿਣਾ ਸਤਸੰਗ। ਜਿੱਥੇ ਅਸੀਂ ਨਜ਼ਰ ਲਾ ਲਈ ਨਾ, ਜਿੱਥੇ ਅਸੀਂ ਆਪਣੇ ਅਕਲ ਨੂੰ ਐਕਟੀਵੇਟ ਕਰ ਲਿਆ ਜਿਸ ਪਾਸੇ ਨੂੰ, ਉਹਦੀ ਸਾਰੀ ਛਾਪ ਉਸੇ ਤਰ੍ਹਾਂ ਸਾਡੇ ਹਿਰਦੇ ਅਤੇ ਸਾਡੇ ਮਨ ਦੇ ਉੱਤੇ ਉਵੇਂ ਉੱਕਰੀ ਜਾਂਦੀ।
ਇਸ ਕਰਕੇ ਮਨੁੱਖ ਜਦੋਂ ਬਹੁਤਾ ਝੂਠੇ ਸੰਸਾਰ 'ਚ ਝੂਠੇ ਲਾਈਫ ਦੇ ਵਿੱਚ ਜਿਉਂਦਾ, ਉਦੋਂ ਉਹਦੇ ਸੁਭਾਅ ਦੇ ਅੰਦਰ ਉਹ ਸਭ ਕੁਝ ਸੁਭਾਵਿਕ ਹੀ ਹੋ ਜਾਂਦਾ। ਔਰ ਉਹ ਝੂਠ ਦਾ ਮਤਲਬ ਕੀ ਹੈ ਵੀ ਸੱਚ ਦੇ ਨਾਲ ਬਣ ਨਹੀਂ ਆਉਂਦੀ, ਗੁਰਬਾਣੀ ਨਾਲ ਨਹੀਂ ਬਣ ਆਉਂਦੀ, ਨਾਮ ਨਾਲ ਨਹੀਂ ਬਣ ਆਉਂਦੀ, ਰੱਬ ਨਾਲ ਨਹੀਂ ਬਣ ਆਉਂਦੀ। ਔਰ ਸਾਹਿਬ ਕੀ ਕਹਿੰਦੇ ਨੇ, ਕੂੜ ਵੀ ਗੁੱਤੀ ਤਾਂ ਪੀਰ ਮੁੱਤੀ ਸਾਹ ਤਨ ਮਹਲ ਨਾ ਪਾਏ, ਵੀ ਕੂੜ ਦੇ ਨਾਲ ਜੁੜੀ ਰਹੀ, ਪਰਮਾਤਮਾ ਵਾਲੇ ਪਾਸਿਓਂ ਟੁੱਟੀ ਰਹੀ, ਇਸ ਕਰਕੇ ਉਹਨੇ ਕਦੀ ਵੀ ਪਰਮਾਤਮਾ ਦਾ ਮਹਿਲ, ਉਹਦਾ ਘਰ ਪ੍ਰਾਪਤ ਨਹੀਂ ਕੀਤਾ, ਖੁਆਰ ਹੁੰਦੀ ਰਹੀ। ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਅਨ ਦਿਨ ਰਹਿ ਸਮਾਏ, ਜਿਹਨੇ ਗੁਰੂ ਦੇ ਸ਼ਬਦ ਨੂੰ ਕਮਾਇਆ, ਉਹਦਾ ਅਭਿਆਸ ਕੀਤਾ, ਅਨ ਦਿਨ ਹਰ ਸਮੇਂ ਉਸ ਪਾਸੇ ਉਸ ਸਨਮੁੱਖ ਰਹੀ। ਔਰ ਸਾਹਿਬ ਕਹਿੰਦੇ ਨੇ ਉਹ ਇੱਕ ਦਿਨ ਉਹਦੇ ਵਿੱਚ ਸਮਾ ਗਈ, ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਓ ਆਪ ਮਿਲਾਏ। ਉਹ ਜੀਵ ਆਤਮਾ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਇੰਨੀ ਗੁੜੂੰਦ ਹੋ ਗਈ, ਇੰਨੀ ਖਿੜਾ 'ਚ ਚਲੀ ਗਈ ਕਿ ਉਹਨੇ ਉਹਨੂੰ ਪ੍ਰਾਪਤ ਕਰ ਲਿਆ। ਖੇੜਾ ਬਾਹਰ ਦਾ, ਹੁਣ ਜਿਸ ਵਾਤਾਵਰਨ 'ਚ ਆ ਨਾ ਆਪਾਂ, ਵੀ ਬਾਹਰ ਦੀ ਤਪਸ਼ ਨੇ, ਸੂਰਜ ਦੀ ਗਰਮੀ ਨੇ, ਪੇੜ ਜਿਹੜੇ ਦਰਖਤ ਸਨ, ਫੁੱਲ ਬੂਟੇ ਸਨ, ਘਾਹ ਦੇ ਜਿਹੜੇ ਕਣ ਨੇ, ਉਹਨਾਂ ਨੂੰ ਸੁਕਾ ਦਿੱਤਾ। ਅਸੀਂ ਜਿੰਨਾ ਮਰਜ਼ੀ ਪਾਣੀ ਦਿੰਦੇ ਰਹੀਏ ਤਾਂ ਵੀ ਸੁੱਕਦੇ ਰਹੋ, ਪਰ ਜਿੱਦਣ ਮੀਂਹ ਪੈ ਗਿਆ ਦੂਸਰੇ ਦਿਨ ਹੀ ਉਹਨਾਂ ਦਾ ਖੜਾ ਵੇਖਣ ਵਾਲਾ। ਜਿਹੜੇ ਉਹ ਫੁੱਲ ਬੂਟੇ ਜਾਂ ਘਾਹ ਦੇ ਤਣੇ ਜਿਹੜੇ ਨੇ, ਉਹ ਕਿਸੇ ਸ਼ੈੱਡ ਥੱਲੇ ਸਨ ਜਿਨ੍ਹਾਂ ਦੇ ਉੱਤੇ ਕਣੀਆਂ ਨਹੀਂ ਪਈਆਂ, ਤੁਸੀਂ ਉਹਨਾਂ ਦਾ ਵੀ ਖੜਾ ਵੇਖ ਲਿਆ ਜੇ ਉਹਨਾਂ 'ਚ ਨਹੀਂ ਆਏ, ਭਾਵੇਂ ਆਪਾਂ ਉਹਨਾਂ ਨੂੰ ਰੋਜ਼ ਪਾਣੀ ਪਾਉਂਦੇ ਹੋਈਏ। ਮੀਂਹ ਦੇ ਪੈਣ ਨਾਲ ਜਿਹੜੀ ਦਰਖਤਾਂ ਦੇ ਵਿੱਚ ਜਾਨ ਆਉਂਦੀ ਹੈ, ਅਤੇ ਜਿਹੜਾ ਅਸੀਂ ਪਾਣੀ ਦਿੰਦੇ ਹਾਂ, ਉਹਦੇ 'ਚ ਦਿਨ ਰਾਤ ਦਾ ਫਰਕ ਹੁੰਦਾ। ਮੀਂਹ ਦੇ ਪਾਣੀ ਦਾ ਮਤਲਬ ਕੀ ਹੋਇਆ, ਵੀ ਜਿਹੜੀ ਰੱਬ ਦੀ ਰਹਿਮਤ ਵਰਤਦੀ ਹੈ, ਉਹ ਆਪਣੇ ਆਪ ਦੇ ਵਿੱਚ ਕੁਦਰਤੀ ਜੋ ਸਭ ਕੁਝ ਹੁੰਦਾ ਹੈ। ਸ਼ਬਦ ਦਾ ਜਿਹੜਾ ਅਭਿਆਸ ਸਾਡਾ ਆਪਣਾ, ਵੀ ਜਿਹੜਾ ਸਾਡੀ ਤਵੱਜੋ ਦੇ ਨਾਲ ਹੋ ਰਿਹਾ, ਜਿਹੜਾ ਸਾਡੇ ਐਫਰਟ ਦੇ ਨਾਲ ਹੋ ਰਿਹਾ, ਜਿਹੜਾ ਅਸੀਂ ਕਰ ਰਹੇ ਹਾਂ, ਉਹਦੇ 'ਚ ਕੋਈ ਬਹੁਤਾ ਰਸ ਨਹੀਂ ਬਣਦਾ ਹੁੰਦਾ। ਇਸ ਕਰਕੇ ਬਹੁਤ ਸਾਰੇ ਜੀਆਂ ਨੂੰ ਆਪਾਂ ਦੇਖਦੇ ਹਾਂ, ਸਾਰੀ ਉਮਰ ਹੀ ਉਹ ਬਾਣੀ ਪੜ੍ਹਦੇ ਨੇ, ਪਰ ਉਹਨਾਂ ਦੇ ਵਿੱਚ ਗੁਰਬਾਣੀ ਵਾਲਾ ਕੋਈ ਗੁਣ ਨਹੀਂ ਹੁੰਦਾ। ਜਿਹੜੇ ਉਹਦੀ ਰਹਿਮਤ ਦੇ ਪਾਤਰ ਬਣਦੇ ਨੇ, ਵੀ ਜਿੱਥੇ ਉਹਦੀ ਗੱਲ ਚੱਲੇ, ਜਿੱਥੇ ਉਹਦਾ ਸਾਇਆ ਹੋਵੇ, ਜਿੱਥੇ ਉਹ ਬੈਠੇ ਉਹਨੂੰ ਚੇਤੇ ਹੀ ਉਹ ਆਏ, ਉਹਨਾਂ ਦੇ ਚਿਹਰਿਆਂ ਦੀ, ਉਹਨਾਂ ਦੇ ਹਿਰਦਿਆਂ ਦੀ ਅਤੇ ਉਹਨਾਂ ਦੇ ਬੋਲਾਂ ਦੀ ਹਰਿਆਵਲ ਜਿਹੜੀ ਆ, ਉਹ ਬੜੀ ਸਹਿਜ ਅਤੇ ਬਹੁਤ ਆਨੰਦਮਈ ਹੁੰਦੀ। ਉਹ ਤਾਂ ਹੀ ਹੁੰਦੀ ਹੈ ਵੀ ਉਹ ਕੁਦਰਤੀ ਉਸੇ ਤਰ੍ਹਾਂ ਉਹਦੇ ਨਾਲ ਕਨੈਕਟ ਹੁੰਦੇ ਨੇ। ਔਰ ਸਾਹਿਬ ਕਹਿੰਦੇ ਨੇ ਇਹ ਵਿਸ਼ੇ ਵਿਕਾਰਾਂ ਦਾ ਜਿਹੜਾ ਉਹ ਨੇ ਨਾ, ਜਿਹੜੇ ਲੇਅਰਸ ਨੇ, ਇਹ ਮਨੁੱਖ ਦੇ ਅੰਦਰ ਉਹ ਹਰਿਆਵਲ ਆਉਣ ਨਹੀਂ ਦਿੰਦੇ, ਆਪਣੀ ਤਪਸ਼ ਦੇ ਨਾਲ ਉਹਨੂੰ ਹਮੇਸ਼ਾ ਮੁਰਝਾ ਦਿੰਦੇ, ਮਨੁੱਖ ਟੁੱਟਿਆ ਰਹਿੰਦਾ। ਔਰ ਸੱਚੇ ਪਾਤਸ਼ਾਹ ਫਿਰ ਕਨਫਰਮ ਕਰਦੇ ਨੇ ਸਾਨੂੰ, ਵਿਖਿਆ ਮੈਂ ਕਿੰਨੇ ਤ੍ਰਿਪਤ ਨਾ ਪਾਏ। ਸੱਚੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਕਰੀ ਜਾਓ ਐਕਸਪੀਰੀਅੰਸ, ਸੰਸਾਰੀ ਲੋਕਾਂ ਵਾਸਤੇ ਕਿਤੇ ਕੰਡੀਸ਼ਨ ਨਹੀਂ ਹੈਗੀ ਵੀ ਨਾ ਕਰੀ, ਵੀ ਗੱਲ ਦੱਸ ਦਿੱਤੀ ਵੀ ਕਰਨੇ ਨਹੀਂ ਚਾਹੀਦੇ, ਮਨੁੱਖ ਕਰਦਾ ਕਰੀ ਜਾਏ, ਪਰ ਤੂੰ ਰੱਜ ਜਾਏਗਾ ਇਹਦੇ ਵਿੱਚ, ਕਿਤੇ ਤੈਨੂੰ ਸ਼ਾਂਤੀ ਸਹਿਜ ਟਿਕਾ ਮਿਲ ਜਾਏਗਾ। ਸਾਹਿਬ ਕਹਿੰਦੇ ਨੇ ਵਿਖਿਆ ਮੈਂ ਕਿੰਨੇ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਕਾਈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਸ
ਵਿਖਿਆ ਦੇ ਐਕਸਪੀਰੀਅੰਸਿਸ ਦੇ ਵਿੱਚ ਅੱਜ ਤੱਕ ਕੋਈ ਤ੍ਰਿਪਤ ਨਹੀਂ ਹੋ ਸਕਿਆ, ਨਾ ਹੀ ਹੋਏਗਾ, ਕਿਉਂਕਿ ਉਹਦੇ 'ਚੋਂ ਤੱਤ ਹੈ ਹੀ ਨਹੀਂ ਜਿਹਦੇ ਨਾਲ ਤ੍ਰਿਪਤੀ ਹੁੰਦੀ ਹੈ। ਜਿਉਂ ਭਾਵਕ ਈਂਧਨ ਨਹੀਂ ਤ੍ਰਾਪਦਾ, ਇਹ ਇਸ ਕਿਸਮ ਦੀ ਗੱਲ ਹੈ ਜਿਵੇਂ ਅੱਗ ਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਲੱਕੜਾਂ ਸੱਠੀ ਜਾਓ ਅੱਗ ਕਦੀ ਰੱਜਦੀ ਨਹੀਂ। ਅੱਗ ਇਸ ਧਰਤੀ ਦਾ ਹਰ ਦਰਖਤ ਸਾੜ ਸਕਦੀ ਹੈ, ਪਰ ਅੱਗ ਤ੍ਰਿਪਤ ਕਦੀ ਨਹੀਂ ਹੋਏਗੀ, ਕਿਉਂਕਿ ਈਂਧਨ ਦੇ ਵਿੱਚ ਉਹਨੂੰ ਤ੍ਰਿਪਤ ਕਰ ਦੇਣ ਦੀ ਸੱਤਿਆ ਹੈ ਹੀ ਨਹੀਂ, ਉਹਨੇ ਰੱਜਣਾ ਹੀ ਨਹੀਂ, ਉਹਨੂੰ ਸਵਾਹ ਕਰ ਦੇਣਾ। ਨੈਗੇਟਿਵਿਟੀ ਮਨੁੱਖੀ ਮਨ ਦੇ ਅੰਦਰੋਂ ਸਾਤਵਿਕਤਾ ਨੂੰ ਬਿਲਕੁਲ ਤਬਾਹ ਕਰ ਦਿੰਦੀ, ਔਰ ਮਨੁੱਖ ਜਿਹੜੇ ਰੱਸਾ ਕੱਸਾਂ ਦੇ ਨਾਲ ਤ੍ਰਿਪਤ ਹੋਣਾ ਚਾਹੁੰਦਾ, ਆਪਾਂ ਆਪਣੇ ਦੀ ਕਦੀ ਵੇਖ ਲਈਏ, ਬਹੁਤ ਵਾਰੀ ਆਪਾਂ ਜ਼ਿੰਦਗੀ 'ਚ ਹਰ ਸਮੇਂ ਬੰਦਾ ਇਹ ਸੋਚਦਾ ਰਿਹਾ ਵੀ ਕੋਈ ਗੱਲ ਨਹੀਂ, ਇੱਥੋਂ ਤੱਕ ਕੰਮ ਕਰ ਲੈਣਾ, ਫਿਰ ਉਸ ਤੋਂ ਬਾਅਦ ਐਂ ਆਨੰਦ ਲਾਂਗੇ, ਹੁਣ ਕਰ ਲਈਏ ਇੱਥੇ ਫਿਰ ਆਨੰਦ ਲਾਂਗੇ, ਬੱਚੇ ਪੜ ਜਾਣ ਫਿਰ ਠੀਕ ਹੋ ਜੂਗਾ, ਬੱਚੇ ਵਿਆਹ ਲਈਏ ਫਿਰ ਠੀਕ ਹੋ ਜੂਗਾ, ਹੁਣ ਇਹਨਾਂ ਦੇ ਬੱਚੇ ਆ ਗਏ ਉਹਨਾਂ ਨੂੰ ਥੋੜ੍ਹਾ ਜਿਹਾ ਕਰ ਦਈਏ ਫਿਰ ਠੀਕ ਹੋ ਜੂਗਾ। ਕਦੀ ਕੁਝ ਹੋਇਆ? ਕਿਸੇ ਦਾ ਹੋਇਆ ਹੋਇਆ ਨਾ ਹੋਇਆ ਨਾ ਹੀ ਹੋਣਾ। ਜਦੋਂ ਗੁਰੂ ਸਾਹਿਬ ਜੀ ਕੋਲ ਆਵਾਂਗੇ ਨਾ, ਫਿਰ ਮਹਾਰਾਜ ਜੀ ਦੀ ਗੱਲ ਸਮਝ ਆ ਜਾਏਗੀ। ਇਹ ਮੈਂ ਨਹੀਂ ਕਹਿ ਰਿਹਾ, ਮਹਾਰਾਜ ਜੀ ਦੀ ਬਾਣੀ ਕਹਿ ਰਹੀ, ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ 'ਚ ਕੋਈ ਨਹੀਂ ਰੱਜਿਆ ਅੱਜ ਤੱਕ, ਨਾ ਹੀ ਕੋਈ ਕਿਸੇ ਸਟੇਜ 'ਤੇ ਜਾ ਕੇ ਸੈਟਿਸਫਾਈਡ ਹੋ ਕੇ ਬਹਿ ਗਿਆ ਵੀ ਹੁਣ ਮੈਂ ਕੁਝ ਨਹੀਂ ਕਰਨਾ, ਵੀ ਹੁਣ ਮੈਨੂੰ ਕੋਈ ਲੋੜ ਨਹੀਂ ਹੈਗੀ। ਜਦੋਂ ਕਿਤੇ ਜਾ ਕੇ ਮਨੁੱਖ ਥੋੜ੍ਹਾ ਜਿਹਾ ਇਹ ਸੋਚਦਾ ਵੀ ਨਾ, ਸਿਰਫ ਬੌਧਿਕ ਪੱਧਰ 'ਤੇ ਵੀ ਹੁਣ ਠੀਕ ਆ, ਉਦੋਂ ਥਰਡ ਜਨਰੇਸ਼ਨ ਉਹਦੇ ਘਰ ਐਂਟਰ ਕਰ ਜਾਂਦੀ ਹੈ ਔਰ ਉਹਦੀ ਸਾਰੀ ਰਿਸਪੋਂਸੀਬਿਲਿਟੀ ਉਹਦੇ 60 ਸਾਲ ਦੇ ਉਸ ਬੰਦੇ ਦੇ ਉੱਤੇ ਆ ਜਾਂਦੀ ਆਪਣੇ ਆਪ ਹੀ, ਔਰ ਮੋਹ 'ਚ ਬੱਝਾ ਉਹ ਸਭ ਕੁਝ ਕਰਦਾ, ਪਰਮਾਤਮਾ ਉੱਥੇ ਵੀ ਉਹ ਵਿਸਾਰਦਾ। ਸਾਹਿਬ ਉਹਨੂੰ ਵੇਖਿਆ ਗਿਆ ਵੀ ਜਿੱਥੇ ਲਾਈਫ ਦੇ ਕਿਸੇ ਵੀ ਸਟੇਜ 'ਤੇ ਜਾ ਕੇ ਹਾਲੇ ਉਹ ਜਾਗ੍ਰਿਤੀ ਅੰਦਰ ਆਉਂਦੀ ਹੋਈ ਨਹੀਂ, ਔਰ ਸਾਹਿਬ ਕਹਿੰਦੇ ਨੇ ਇਹ ਉਵੇਂ ਦੀ ਹੀ ਕਹਾਣੀ ਹੈ ਜਿਵੇਂ ਕੋਈ ਅੱਗ ਨੂੰ ਰਜਾਣਾ ਚਾਹੇ, ਤੁਸੀਂ ਜਿੰਨੀਆਂ ਮਰਜ਼ੀ ਉਹਦੇ 'ਚ ਲੱਕੜਾਂ ਪਾਈ ਜਾਓ ਅੱਗ ਨਹੀਂ ਰੱਜਦੀ। ਮਨੁੱਖ ਲਾਈਫ ਦੀ ਜਿਹੜੀ ਮਰਜ਼ੀ ਸਟੇਜ 'ਤੇ ਚਲਾ ਜਾਏ, ਜੇ ਉਹ ਸੋਚੇ ਨਾ ਵੀ ਇੱਥੇ ਜਾ ਕੇ ਮੈਂ ਆਨੰਦ ਲਾਂਗਾ, ਹੋ ਹੀ ਨਹੀਂ ਸਕਦਾ, ਇੰਪੋਸੀਬਲ, ਹੋ ਹੀ ਨਹੀਂ ਸਕਦਾ, ਹੋਣਾ ਹੀ ਨਹੀਂ। ਅੰਮ੍ਰਿਤ ਕੌਰਾ ਵਿਖਿਆ ਮਿੱਠੀ ਸਾਕਤ ਕੀ ਬਿਦ ਨੈਨੋ ਹੋ ਡਿੱਠੀ। ਸੱਚੇ ਪਾਤਸ਼ਾਹ ਵੇਖੋ ਕਿੱਡੇ ਕਮਾਲ ਦੇ ਬੋਲਦੇ, ਕਿਰਪਾਲੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਹਨੂੰ ਅੰਮ੍ਰਿਤ ਕੌੜਾ ਲੱਗਦਾ। ਅੰਮ੍ਰਿਤ ਕੀ ਨੇ? ਅੰਮ੍ਰਿਤ ਕੀ ਹੈ ਜੀ? ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਗੁਰਬਾਣੀ 'ਚ ਦੋ ਚੀਜ਼ਾਂ ਦਾ ਅੰਮ੍ਰਿਤ ਹੈ ਜੀ, ਇੱਕ ਰੱਬ ਦੇ ਨਾਮ ਦਾ, ਇੱਕ ਗੁਰਬਾਣੀ ਦਾ, ਦੋਵੇਂ ਸਾਨੂੰ ਚੰਗੇ ਲੱਗਦੇ ਨੇ, ਬਸ ਇਹ ਆਪਣੇ ਨਾਲ ਹੀ ਹੈ ਜੀ ਜਦੋਂ ਜ਼ਦ, ਇਹ ਕਿਸੇ ਦੂਜੀ ਨਹੀਂ ਹੈਗੀ। ਗੁਰੂ ਸਾਹਿਬ ਜੀ ਕੋਲ ਆਪਾਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਸੁਣਨ ਵਾਸਤੇ ਆਉਂਦੇ, ਮਹਾਰਾਜ ਜੀ ਦੀਆਂ ਬਾਤਾਂ ਵੀ ਸੱਚੇ ਪਾਤਸ਼ਾਹ ਕਹਿੰਦੇ ਕੀ ਨੇ। ਸਾਹਿਬ ਨੇ ਗੁਰਬਾਣੀ 'ਚ ਦੋ ਅੰਮ੍ਰਿਤ ਦੱਸੇ ਨੇ, ਇੱਕ ਨਾਮ ਅੰਮ੍ਰਿਤ ਹੈ, ਇੱਕ ਸ਼ਬਦ ਅੰਮ੍ਰਿਤ ਹੈ ਬਾਣੀ। ਅਸੀਂ ਹੁਣ ਅੰਮ੍ਰਿਤ ਦੇ ਰਸਿਕ ਹਾਂ ਜਾਂ ਅਸੀਂ ਵਿਖਿਆ ਦੇ ਰਸ ਲੈਣ ਵਾਲੇ ਹਾਂ, ਇਹਦਾ ਨਿਰਣਾ ਆ ਦੋ ਪੰਕਤੀਆਂ ਕਰ ਦੇਣਗੀਆਂ। ਅੰਮ੍ਰਿਤ ਕੌਰਾ ਵਿਖਿਆ
ਮਿੱਠੀ, ਜਿਨ੍ਹਾਂ ਨੂੰ ਵਿਖਿਆ ਮਿੱਠੀ ਲੱਗਦੀ ਹੈ ਉਹਨਾਂ ਨੂੰ ਅੰਮ੍ਰਿਤ ਕੌੜਾ ਲੱਗੇਗਾ, ਗੁਰਬਾਣੀ ਕੌੜੀ ਲੱਗੇਗੀ, ਉਹਦਾ ਨਾਮ ਕੌੜਾ ਲੱਗੇਗਾ। ਪਰ ਜਿਹੜੀ ਚੀਜ਼ ਕੌੜੀ ਲੱਗਦੀ ਹੋਵੇ ਉਹਦੇ ਤੋਂ ਬੱਚੇ ਵੀ ਮੂੰਹ ਫੇਰ ਦਿੰਦੇ ਨੇ। ਤੋ ਮਨੁੱਖ ਇਸੇ ਕਰਕੇ ਗੁਰਬਾਣੀ ਤੋਂ ਮੂੰਹ ਫੇਰਦਾ ਹੈ, ਪਰਮਾਤਮਾ ਦੇ ਨਾਮ ਤੋਂ ਮੂੰਹ ਫੇਰਨ ਦਾ ਮਤਲਬ ਕੀ ਹੋਇਆ ਵੀ ਗੁਰਬਾਣੀ ਦੇ ਕਦੀ ਸੰਗਤ 'ਚ ਨਹੀਂ ਬਹਿੰਦਾ। ਉਹ ਬਹੁਤ ਸਾਰਾ ਸਾਡਾ ਦਾਵਾ ਸਾਰਿਆਂ ਦਾ ਹੀ ਵੀ ਮੈਂ ਜਪਜੀ ਸਾਹਿਬ ਪੜ੍ਹ ਲੈਂਦਾ, ਮੈਂ ਫਲਾਣੀ ਬਾਣੀ ਪੜ੍ਹ ਲੈਂਦਾ, ਮੈਂ ਆਹ ਕਰ ਲਾ, ਇਹ ਸਭ ਝੂਠੇ ਦਾਅਵੇ ਨੇ ਸਤਸੰਗ, ਕੁਝ ਨਹੀਂ ਫਾਇਦਾ ਇਹਦੇ 'ਚ। ਹਾਂ, ਮਨੁੱਖ ਆਪਣੀ ਤਸੱਲੀ ਵਾਸਤੇ ਆਪਣੇ ਆਪ ਨੂੰ ਕਹੀ ਜਾਏ ਤਾਂ ਕਹੀ ਜਾਏ, ਗੁਰਬਾਣੀ ਦਾ ਪੜ੍ਹਨ ਦਾ ਮਤਲਬ ਹੈ ਵੀ ਗੁਰੂ ਦੇ ਸ਼ਬਦ ਵੱਲ ਨੂੰ ਤੁਰਨਾ, ਉਹ ਜ਼ਿੰਦਗੀ ਜਗਾਉਣ ਵਾਸਤੇ ਅੰਦਰ ਚਾਹ ਪੈਦਾ ਹੋਣਾ, ਉਹਦੇ ਵਾਸਤੇ ਗੁਰੂ ਦੇ ਅੱਗੇ ਅਰਦਾਸ ਕਰਨੀ, ਉਸ ਅਭਿਆਸ ਵਾਸਤੇ ਉਵੇਂ ਦੇ ਮਾਹੌਲ ਦੇ ਵਿੱਚ ਜਾਣ ਲਈ ਤਰਲੋ ਮੱਛੀ ਹੋਣਾ। ਜਦੋਂ ਅੰਦਰ ਕਿਤੇ ਥਿਰ ਹੋਏ ਹੀ ਨਾ ਵੀ ਸੱਚੇ ਪਾਤਸ਼ਾਹ ਇਹੋ ਜਿਹੀ ਜ਼ਿੰਦਗੀ ਨਾਲੋਂ ਤੇਰੇ ਤੋਂ ਵਿਛੋੜਾ ਮੈਂ ਨਹੀਂ ਸਹਿ ਸਕਦਾ। ਗੁਰਬਾਣੀ ਦਾ ਇਹ ਹੈ ਅੰਮ੍ਰਿਤ ਨਾਮ, ਨਾਮ ਨੂੰ ਜਪਣਾ, ਉਹਦੇ ਵਾਸਤੇ ਸਮਾਂ ਕੱਢਣਾ। ਔਰ ਉਹ ਸਮਾਂ ਕਿਹੜਾ? ਗੁਰਬਾਣੀ 'ਚ ਪਰਮਾਤਮਾ ਦਾ ਨਾਮ ਅਸੀਂ ਕਿਸੇ ਸਮੇਂ ਵੀ ਲੈ ਸਕਦੇ ਹਾਂ, ਉਹਦੇ 'ਚ ਕੋਈ ਮਨਾਹੀ ਨਹੀਂ ਹੈਗੀ ਵੀ ਨਹੀਂ ਲੈਣਾ। ਪਰ ਸੱਚੇ ਪਾਤਸ਼ਾਹ ਜਦੋਂ ਗੱਲ ਕਰਦੇ ਨੇ ਉਹਦਾ ਪਹਿਲਾ ਜਿਹੜਾ ਟਾਈਮ ਪੀਰੀਅਡ ਜੇ ਕੋਈ ਪੁੱਛਦਾ ਤਾਂ ਸਾਹਿਬ ਅੰਮ੍ਰਿਤ ਵੇਲਾ ਦੱਸਦੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਵੀ ਆ ਜਾ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਬਹਿ ਚੌਂਕੜਾ ਮਾਰ ਕੇ ਉਹਦੀ ਯਾਦ ਦੇ ਵਿੱਚ। ਹੁਣ ਆਪਾਂ ਫਿਰ ਆਪਣੇ ਆਪ ਨੂੰ ਵੇਖ ਲੈਣਾ ਵੀ ਸਾਡਾ ਕਿੰਨਾ ਕੁ ਚੌਂਕੜਾ ਆਇਆ ਸੀ, ਕਿੰਨੇ ਕੁ ਮਾਰਦੇ, ਬਸ ਉੱਥੇ ਹੀ ਪਤਾ ਲੱਗ ਜਾਏਗਾ ਵੀ ਸਾਨੂੰ ਵਿਖਿਆ ਚੰਗੀ ਲੱਗਦੀ ਹੈ ਕਿ ਅੰਮ੍ਰਿਤ ਚੰਗਾ ਲੱਗਦਾ ਹੈ। ਔਰ ਸਾਹਿਬ ਕਹਿੰਦੇ ਨੇ ਕੂੜ ਕਪਟ ਅਹੰਕਾਰ ਰਿਜਾਨਾ, ਵੀ ਕੂੜ ਦੇ ਨਾਲ ਜੇ ਮਨੁੱਖ ਜੁੜਿਆ ਰਹੇਗਾ, ਝੂਠ ਦੇ ਨਾਲ, ਬਿਨ ਸੰਹਾਰ ਸਾਰੇ ਸੰਸਾਰ ਜਾਂ ਰਸਾਂ ਕਸਾਂ ਦੇ ਨਾਲ, ਉਹਦੇ ਨਾਲ ਹੁੰਦਾ ਕੀ ਹੈ? ਸਾਹਿਬ ਕਹਿੰਦੇ ਨੇ ਕੂੜ ਕਪਟ ਅਹੰਕਾਰ ਰਿਜਾਨਾ, ਰਿਜਾਨਾ ਦਾ ਮਤਲਬ ਹੁੰਦਾ ਮਰਜ ਹੋ ਜਾਣਾ, ਜਿਹੜੀ ਚੀਜ਼ ਤੋਂ ਅਸੀਂ ਪ੍ਰਭਾਵਿਤ ਹੋ ਜਾਈਏ, ਜਿਹਦੇ ਅੰਦਰ ਰੀਝ ਪੈਦਾ ਹੋ ਜਾਏ, ਜਿਹਦੇ ਵਿੱਚ ਆਪਣੇ ਆਪ ਨੂੰ ਮਰਜ ਕਰ ਦੇਣ ਵਾਸਤੇ ਮਨੁੱਖ ਜਿਹੜਾ ਉਹ ਪੂਰਾ ਤਿਆਰ ਬਰ ਤਿਆਰ ਹੋ ਜਾਏ। ਤਾਂ ਸਾਹਿਬ ਕੀ ਕਹਿੰਦੇ ਨੇ? ਕੂੜ ਕਪਟ ਅਹੰਕਾਰ ਰਿਜ਼ਾਨਾ, ਜਦੋਂ ਅੰਮ੍ਰਿਤ ਛੱਡਿਆ, ਵਿਖਿਆ ਦੇ ਨਾਲ ਰਿਲੇਸ਼ਨ ਬਣਾਇਆ, ਔਰ ਸਾਹਿਬ ਕਹਿੰਦੇ ਨੇ ਉਹਨੇ ਕੂੜ ਨੂੰ ਕਮਾਇਆ, ਅਹੰਕਾਰ ਉਹਦੇ ਅੰਦਰ ਵਧਿਆ। ਅਹੰਕਾਰ ਦੀ ਬੇਸਿਕ ਜੀ ਪਹਿਚਾਣ ਪਤਾ ਕੀ ਹੈ ਜੀ? ਅਹੰਕਾਰ, ਕਿਉਂਕਿ ਸੰਸਾਰੀ ਕੂੜਤਾਈ ਬੁਰਾਈ ਦੇ ਵਿੱਚੋਂ ਆਉਂਦਾ, ਦੁਨਿਆਵੀ ਕੁਝ ਵੀ ਹੋਵੇ ਜੇ ਪਦਾਰਥ ਹੈ ਉਹਨੂੰ ਮਹਾਰਾਜ ਕੂੜ ਕਹਿੰਦੇ ਨੇ, ਜੇ ਰੁਤਬੇ ਨੇ ਗੁਰਬਾਣੀ ਉਹਨੂੰ ਕੂੜ ਦੱਸਦੀ ਹੈ, ਜੇ ਵਿੱਦਿਆ ਦਾ ਕੋਈ ਦਾਅਵਾ ਹੈ ਕੂੜ ਹੈ, ਕਿਉਂਕਿ ਉਹਨਾਂ ਦੇ ਵਿੱਚੋਂ ਮਨੁੱਖ ਦੇ ਅੰਦਰ ਈਗੋ ਪ੍ਰਗਟ ਹੁੰਦੀ ਹੈ। ਤੋ ਈਗੋ ਦਾ ਬਾਹਰ ਪਸਾਰਾ ਕੀ ਹੈ? ਉਹਨੂੰ ਰੱਬ ਦੀ ਬੰਦਗੀ ਵਾਲੇ ਬੰਦਿਆਂ ਦੀ ਪਹਿਚਾਣ ਹੀ ਨਹੀਂ ਹੁੰਦੀ, ਪਹਿਲਾਂ ਉਹਦੀ ਪਹਿਚਾਣ ਆ, ਦੂਸਰੀ ਉਹਨਾਂ ਦੇ ਨਾਲ ਉਹਦੀ ਕਦੀ ਬਣ ਨਹੀਂ ਆਏਗੀ, ਤੀਸਰਾ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਮਨ ਦੇ ਵਿੱਚ, ਅਹੰਕਾਰੀ ਇਨਸਾਨਾਂ ਦੇ ਮਨ ਦੇ ਵਿੱਚ ਨਫ਼ਰਤ ਪੈਦਾ ਹੋਏ, ਉਹ ਕਬੋਲ ਬੋਲ ਬੋਲਣਗੇ ਉਹਨਾਂ ਨੂੰ, ਯਾਨੀ ਘਟਾ ਕੇ ਬੋਲ ਬੋਲਣਗੇ। ਤੁਸੀਂ ਕਦੀ ਦੇਖ ਲੈਣਾ, ਬੁਰਾ ਇਨਸਾਨ ਬੰਦਗੀ ਵਾਲੇ ਬੰਦੇ ਦੀ ਇੱਜ਼ਤ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਉਹ ਕੋਸ਼ਿਸ਼ ਕਰ ਲਏ, ਕਿਵੇਂ ਕਰ ਲੂਗਾ ਜਿਹੜੀ ਚੀਜ਼ ਦਾ ਇੰਟਰਸਟ ਹੀ ਨਹੀਂ ਅੰਦਰ। ਇੱਕ ਅੰਗਰੇਜ਼ ਰਾਈਟਰ ਨੇ ਲਿਖਿਆ, ਚੋਟੀ ਦਾ ਬੰਦਾ,
ਪਲਾਟੋ ਵੀ ਉਹਦੇ 'ਚ ਆਉਂਦਾ, ਅਰਸਤੂ ਵੀ ਆਉਂਦਾ। ਰਾਜਨੀਤੀ ਬਾਰੇ ਉਹਨਾਂ ਦਾ ਇਹ ਬਿਆਨ ਵੀ ਰਾਜਨੀਤੀ ਕੀ ਹੈ। ਉਹ ਕਹਿੰਦੇ ਵੀ ਦੁਨੀਆਂ ਦੇ ਵਿੱਚ ਇੱਕੋ ਇੱਕ ਰੁਤਬਾ ਜਿਹਦੀ ਇੱਜ਼ਤ ਬਹੁਤ ਹੈ, ਪਰ ਉਹਦੇ 'ਚ ਤੁਸੀਂ ਝੂਠ ਬੋਲ ਸਕਦੇ ਹੋ, ਫਰੇਬ ਕਰ ਸਕਦੇ ਹੋ, ਧੋਖਾ ਦੇ ਸਕਦੇ ਹੋ, ਤੁਸੀਂ ਲੋਕਾਂ ਨੂੰ ਮਾਰ ਸਕਦੇ ਹੋ, ਲੁੱਟ ਸਕਦੇ ਹੋ, ਪਰ ਤੁਹਾਡੀ ਇੱਜ਼ਤ ਹੋਏਗੀ। ਇੱਕੋ ਹੀ ਪ੍ਰੋਫੈਸ਼ਨ ਹੈ ਔਰ ਉਹਨੂੰ ਰਾਜਨੀਤੀ ਕਹਿੰਦੇ। ਔਰ ਗੁਰਬਾਣੀ 'ਚ ਮਹਾਰਾਜ ਇਹੋ ਜਿਹੇ ਸਾਰੇ ਕਰਮਾਂ ਨੂੰ ਕੂੜ ਕਹਿੰਦੇ ਵੀ ਕਿਸੇ ਗੱਲ ਦੇ ਉੱਤੇ ਜਦੋਂ ਬੜੀ ਸਹਿਜਤਾ ਦੇ ਨਾਲ, ਹੁਣ ਜਦੋਂ ਇਹ ਗੁਰੂ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਆ ਜਾਏਗੀ, ਅਕਾਲ ਸਹਾਇ ਜਿੱਥੇ ਪਰਮਾਤਮਾ ਹੈ, ਅਕਾਲ ਪੁਰਖ ਹੈ, ਕਿਉਂਕਿ ਫਿਰ ਰਾਜਨੀਤੀ ਸਿੱਖਾਂ ਦੀ ਵੀ ਆਜੂਗੀ ਨਾ ਵੀ ਸਾਡੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਆਪਣੇ ਕੋਲ, ਉਹ ਸਾਰਾ ਸਟੇਟ ਦਾ ਪਾਵਰ ਰਹੀ ਹੈ ਉਹਦੀ, ਅੱਗੇ ਵੀ ਇਨ ਫਿਊਚਰ ਵੀ ਉਹਦੇ 'ਤੇ ਪਲਾਨ ਸਿੱਖਾਂ ਦੀ ਜਦੋਂ ਜਦ ਚੱਲਦੀ, ਤਾਂ ਫਿਰ ਸਾਡੇ ਮਨ 'ਚ ਆ ਜਾਏਗਾ ਵੀ ਕਿ ਸਾਰੀ ਰਾਜਨੀਤੀ ਉਹ ਹੈ। ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸਿਸਟਮ ਸਿਰਜਿਆ ਉਦੋਂ ਸਿੱਖ ਨੂੰ ਪਹਿਲੀ ਤਾਕੀਦ ਇਹ ਕੀਤੀ ਵੀ ਤੇਰੇ ਹਰ ਚਿੰਤਨ ਦੇ ਉੱਤੇ ਤੇਰੇ ਗੁਰੂ ਦਾ ਹੱਥ ਚਾਹੀਦਾ, ਉਹਦਾ ਸਰਪ੍ਰਸਤੀ ਚਾਹੀਦੀ ਹੈ, ਉਹਦਾ ਮਾਰਗ ਦਰਸ਼ਨ ਚਾਹੀਦਾ। ਜਿੱਦਣ ਤੂੰ ਉਹਦੇ ਤੋਂ ਸੱਖਣਾ ਹੋ ਜਾਏਗਾ, ਉਦਣ ਤੇਰੀ ਰਾਜਨੀਤੀ, ਤੇਰਾ ਹਰ ਸੋਚ ਕੂੜੀ ਹੋ ਜਾਏਗੀ। ਆਹ ਗੱਲ ਫਿਰ ਧਿਆਨ 'ਚ ਰੱਖ ਲੈਣੀ ਸਤਸੰਗ, ਅਸੀਂ ਇਹ ਗੱਲਾਂ ਤੋਂ ਬੜੇ ਸੱਖਣੇ ਹਾਂ। ਅਸੀਂ ਸਿੱਖੀ ਦਾ ਦਾਵਾ ਤਾਂ ਕਰ ਦਿੰਦੇ ਹਾਂ ਵੀ ਅਸੀਂ ਸਿੱਖੀ ਵਾਲਾ ਕੰਮ ਹੈ ਜੀ, ਇਹ ਵੀ ਕਰਨੇ, ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ। ਅਸੀਂ ਵੇਖਦੇ ਨਹੀਂ ਵੀ ਮਹਾਰਾਜ ਜੀ ਦੀ ਬਖਸ਼ਿਸ਼ ਦਾ ਮਤਲਬ ਕੀ ਹੈ, ਵੀ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਚੱਲਣਾ। ਜਿਹੜਾ ਰਾਜਨੇਤਾ ਗੁਰੂ ਦੀ ਸਰਪ੍ਰਸਤੀ ਹੇਠ ਚੱਲੇਗਾ, ਉਹ ਕੂੜ ਨਹੀਂ ਬੋਲੇਗਾ, ਉਹ ਫਰੇਬ ਨਹੀਂ ਕਰੇਗਾ, ਉਹ ਕਿਸੇ ਨਾਲ ਧੋਖਾ ਨਹੀਂ ਕਰੇਗਾ, ਕਿਸੇ ਨੂੰ ਮਾਰੇਗਾ ਨਹੀਂ, ਪਰਾਏ ਦਾ ਹੱਕ ਨਹੀਂ ਖੋਏਗਾ, ਕਿਸੇ 'ਤੇ ਕਾਬਜ਼ ਨਹੀਂ ਹੋਏਗਾ, ਭਲਾਈ ਵਾਸਤੇ ਚੱਲੇਗਾ। ਉਹਨੂੰ ਕਹਿੰਦੇ ਨੇ ਹਲੇਮੀ ਰਾਜ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਨਾ, ਉਹਨੂੰ ਸਰਕਾਰੇ ਖਾਲਸਾ ਕਹਿੰਦੇ ਸੀ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਸੀ ਕਹਿੰਦੇ, ਸਰਕਾਰੇ ਖਾਲਸਾ। ਖਾਲਸਾ ਕੌਣ? ਖਾਲਸਾ ਅਕਾਲ ਪੁਰਖ ਕੀ ਫੌਜ, ਅਕਾਲ ਪੁਰਖ ਦੀ ਫੌਜ ਹੈ ਖਾਲਸਾ। ਯਾਨੀ ਸਭ ਤੋਂ ਉੱਪਰਲੀ ਸ਼ਿਖਰ 'ਤੇ ਕੌਣ ਬੈਠਾ, ਤਖ਼ਤ 'ਤੇ ਕੌਣ ਬੈਠਾ, ਗਾਈਡੈਂਸ ਕਿਹਦੀ ਹੈ? ਅਕਾਲ ਪੁਰਖ ਦੀ। ਇਸ ਕਰਕੇ ਗੁਰੂ ਆਪਾਂ ਅਰਦਾਸ ਦੇ ਵਿੱਚ ਇਹ ਸ਼ਬਦ ਆਪ ਵੀ ਪੜ੍ਹਦੇ ਹਾਂ ਅਤੇ ਬੋਲਦੇ ਵੀ ਹਾਂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਜਦੋਂ ਉਹਦੀ ਮਤ ਤੋਂ ਪਰਮਾਤਮਾ ਦਾ ਕੁੰਡਾ ਹਟ ਜਾਏਗਾ, ਉਹ ਮਤ ਕੂੜ ਮਤ ਹੋ ਜਾਏਗੀ, ਉਹਦੇ ਵਿੱਚ ਅਹੰਕਾਰ ਪ੍ਰਗਟ ਹੋਏਗਾ। ਇਸ ਕਰਕੇ ਜਦੋਂ ਵੀ ਐਵੇਂ ਦੀ ਸੱਥ 'ਚ ਕੋਈ ਇਕੱਠੇ ਹੋ ਕੇ ਬਹਿੰਦੇ ਨੇ ਨਾ ਮੀਟਿੰਗਾਂ 'ਚ, ਉੱਥੇ ਇੱਕ ਦੂਜੇ ਨਾਲ ਬਹਿਸ ਹੁੰਦੀ ਹੈ, ਬੰਦੇ ਲੜਦੇ ਨੇ, ਕਿਉਂਕਿ ਉੱਥੋਂ ਅਕਾਲ ਪੁਰਖ ਦਾ ਕੁੰਡਾ ਹਟ ਜਾਂਦਾ। ਜਿੱਥੇ ਅਕਾਲ ਪੁਰਖ ਦਾ ਕੁੰਡਾ ਰਹੇਗਾ, ਉਹ ਹਲੇਮੀ 'ਚ ਰਹਿਣਗੇ, ਉਹ ਸਹਿਜਤਾ 'ਚ ਰਹਿਣਗੇ, ਉਹਦੇ ਭਾਉ 'ਚ ਰਹਿਣਗੇ, ਉਹਨਾਂ ਦੇ ਕਿਰਦਾਰਾਂ ਤੋਂ, ਉਹਨਾਂ ਦੀਆਂ ਸ਼ਕਲਾਂ ਤੋਂ, ਉਹਨਾਂ ਦੇ ਜੀਵਨ ਚਰਿੱਤਰ ਤੋਂ ਗੁਰੂ ਦੇ ਗੁਣ ਪ੍ਰਗਟ ਹੋਣਗੇ। ਹਰਿੰਦਰ ਸਿੰਘ ਮਹਿਬੂਬ ਸਿੱਖ ਰਾਈਟਰ ਹੋਏ ਨੇ, ਉਹਨਾਂ ਨੇ ਕਿਹਾ ਜਿਹੜੀਆਂ ਕੌਮਾਂ ਦੇ ਵਿੱਚੋਂ ਉਹਨਾਂ ਦੇ ਪੈਗੰਬਰਾਂ, ਗੁਰੂਆਂ, ਪੀਰਾਂ ਦੀਆਂ ਗੁਣ ਨਹੀਂ ਪ੍ਰਗਟ ਹੁੰਦੇ, ਉਹ ਕੌਮਾਂ ਆਪਣੇ ਵਡੇਰਿਆਂ ਦੇ ਉਪਦੇਸ਼ ਤੋਂ, ਸੰਦੇਸ਼ ਤੋਂ, ਜੀਵਨ ਤੋਂ ਸੱਖਣੇ ਨੇ। ਵੀ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਾ ਹੋਣ ਦਾ ਦਾਅਵਾ ਕਰਨਾ ਨਾ, ਵੀ ਅਸੀਂ ਮਹਾਰਾਜ ਜੀ ਦੇ ਬੱਚੇ ਹਾਂ, ਅਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੀਰਤ 'ਚ, ਸੂਰਤ ਦੇ ਵਿੱਚ, ਉਹਨਾਂ ਦੇ ਜੀਵਨ ਅਭਿਆਸ ਦੇ ਵਿੱਚ ਗੁਣ ਨੇ, ਉਹ ਤੁਹਾਡੇ ਵਿੱਚੋਂ ਰਿਫਲੈਕਟ ਹੋਣੇ ਚਾਹੀਦੇ।
ਕੁਝ ਹੀ ਹੋਣ। ਜਿੱਦਣ ਉਹ ਪੂਰੇ ਹੋਣ ਲੱਗ ਗਏ ਫਿਰ ਮਹਾਰਾਜ ਕਹਿੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ। ਔਰ ਸਾਹਿਬ ਕੀ ਕਹਿੰਦੇ ਨੇ, ਕੂੜ ਕਪਟ ਅਹੰਕਾਰ ਰਿਜਾਨਾ, ਨਾਮ ਸੁਨਤ ਜਨ ਵਿਛੂ ਦਸਾਨਾ। ਰੱਬ ਦੀ ਗੱਲ ਸੁਣਨ 'ਚ ਕੀ ਆਈ, ਉਹਦੇ ਨਾਮ ਵੱਲ ਤੁਰਨ ਵਾਸਤੇ ਕਿਤੇ ਸੁਣਿਆ ਕਿ ਅੰਦਰ ਜਿਵੇਂ ਬਿੱਛੂ ਨੇ ਡੰਗ ਮਾਰ ਦਿੱਤਾ ਹੋਵੇ, ਮਨ ਨੂੰ ਇੰਨੀ ਤਕਲੀਫ ਹੁੰਦੀ ਵੀ ਕਿਉਂ ਜਪਣਾ। ਬਹੁਤਾ ਸਾਡਾ ਸਾਰਿਆਂ ਦਾ ਦਾਅਵਾ ਹੈ ਜਿਹੜੇ ਉੱਕਾ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਸਾਨੂੰ ਪਤਾ ਜੀ ਜਿਹੜਾ ਤੁਸੀਂ ਨਾਮ ਜਪਦੇ ਹੋ ਕਰਦੇ। ਬੜਾ ਤਰਸ ਜਿਹਾ ਆਉਂਦਾ ਆਪਣੇ ਆਪ 'ਤੇ ਆਉਂਦਾ ਵੀ ਸਕੂਲ ਦਾ ਰਾਹ ਨਹੀਂ ਵੇਖਿਆ, ਪਤਾ ਨਹੀਂ। ਜਿਹੜੇ ਬੱਚੇ ਸਕੂਲਾਂ 'ਚ ਕਦੀ ਪ੍ਰਾਇਮਰੀ 'ਚ ਵੀ ਪੜ੍ਹ ਕੇ ਆਏ ਹੁੰਦੇ ਨੇ ਨਾ, ਉਹਨਾਂ ਨੂੰ ਬੈਠ ਉੱਠਣ ਦਾ ਸਲੀਕਾ ਹੁੰਦਾ, ਭਾਵੇਂ ਕੋਈ 10 ਪੜ੍ਹਿਆ ਹੋਏ। ਜਿਹੜੇ ਕਾਲਜ ਗਏ, ਯੂਨੀਵਰਸਿਟੀ ਗਏ, ਹਾਇਰ ਜਿਹੜੀਆਂ ਐਜੂਕੇਸ਼ਨਸ ਦੇ ਵਿੱਚ, ਉਹਨਾਂ ਦੇ ਲਹਿਜੇ ਵਿੱਚ ਫਰਕ ਆਉਣਾ ਸ਼ੁਰੂ ਹੋ ਜਾਂਦਾ। ਆਪਾਂ ਸਾਰੇ ਇਸ ਗੱਲੋਂ ਸਿਆਣੇ ਸਮਝਦੇ ਹਾਂ। ਜਿਨ੍ਹਾਂ ਨੇ ਕਦੀ ਸਕੂਲ ਦਾ ਮੂੰਹ ਨਹੀਂ ਵੇਖਿਆ ਹੁੰਦਾ, ਉਹਨਾਂ ਦੇ ਲਹਿਜੇ ਬਿਲਕੁਲ ਵੱਖਰੇ ਹੁੰਦੇ ਨੇ। ਜੇ ਉਹਨਾਂ ਨੇ ਸੂਟ ਬੂਟ ਵੀ ਪਾਏ ਹੋਣ ਨਾ, ਤਾਂ ਉਹ ਬੜੇ ਉੱਪਰੇ ਜੇ ਪਾਏ ਲੱਗਦੇ ਨੇ ਉਹਨਾਂ ਨੂੰ ਵੀ ਇਹਨੇ, ਕਿਉਂਕਿ ਉਹਦਾ ਉਹਦੇ ਨਾਲ ਮੈਚਿੰਗ ਹੀ ਨਹੀਂ ਆਉਂਦੀ ਉਹਦੇ ਬਿਹੇਵ ਦੀ। ਜਿਹੜਾ ਗੁਰੂ ਦੀ ਕਮਾਈ ਵਾਲਾ ਜੀ ਹੈ ਨਾ ਜੀ, ਗੁਰਬਾਣੀ ਪੜ੍ਹਨ ਵਾਲਾ, ਗੁਰਬਾਣੀ ਅਭਿਆਸ ਵਾਲਾ ਜਾਂ ਨਾਮ ਜਪਣ ਵਾਲਾ, ਉਹਦੀ ਲਾਈਫ ਦੀ ਰਿਦਮ ਕੂੜਤਾਈ ਵਾਲੇ ਨਾਲੋਂ ਤਾਂ ਬਿਲਕੁਲ ਵੱਖਰੀ ਕਿਸਮ ਦੀ ਹੋਏਗੀ। ਜੇ ਉਹਦੀ ਲਾਈਫ 'ਚ ਉਹ ਰਿਦਮ ਕਿਤੇ ਤੁਹਾਨੂੰ ਨਜ਼ਰ ਹੀ ਨਹੀਂ ਆਉਂਦਾ, ਯਕੀਨਨ ਉਹ ਦੂਜਿਆਂ ਨਾਲੋਂ ਵੀ ਥੱਲੇ ਹੈ। ਔਰ ਜਿਨ੍ਹਾਂ ਦਾ ਇਹ ਦਾਅਵਾ ਵੀ ਸਾਡੇ ਕੋਲ ਕੋਈ ਨਹੀਂ, ਇਹਨਾਂ ਨਾਲੋਂ ਵੀ ਅਸੀਂ ਚੰਗੇ ਹਾਂ, ਉਹਨਾਂ ਦੀ ਲਾਈਫ ਦਾ ਰਿਦਮ ਦੇਖੋ, ਸਟਾਈਲ ਦੇਖੋ, ਉਹਦੇ ਤੋਂ ਆਪਣੇ ਆਪ ਪਤਾ ਹੋ ਜਾਏਗਾ ਵੀ ਇਹ ਝੂਠਾ ਦਾਅਵਾ ਹੈ। ਔਰ ਸਾਹਿਬ ਕਹਿੰਦੇ ਨੇ, ਉਹਨਾਂ ਨੂੰ ਪਰਮਾਤਮਾ ਦਾ ਨਾਮ ਸੁਣਦਿਆਂ ਅੰਦਰ ਇੰਨੀ ਤਕਲੀਫ ਹੁੰਦੀ ਹੈ ਜਿਵੇਂ ਬਿੱਛੂ ਨੇ ਡੰਗ ਮਾਰ ਦਿੱਤਾ ਹੋਵੇ। ਆਪਾਂ ਬਿੱਛੂ ਦੇ ਡੰਗ ਬਾਰੇ ਸੁਣਿਆ ਹੀ ਹੈ, ਕਦੀ ਯੂਟਿਊਬ 'ਤੇ ਜਾ ਕੇ ਨਾ ਤੁਸੀਂ ਪਾ ਕੇ ਵੇਖ ਲਓ, ਹੁਣ ਤਾਂ ਬੜਾ ਕਮਾਲ ਦਾ ਸੰਸਾਰ। ਵੀ ਪਹਿਲਾਂ ਦੇ ਬੰਦੇ ਨੂੰ ਸ਼ਾਸਤਰ ਖੋਲ੍ਹਣੇ ਪੈਂਦੇ ਸਨ ਨਾ, ਇਨਸਾਈਕਲੋਪੀਡੀਆਜ਼ ਖੋਲ੍ਹੋ, ਤੁਸੀਂ ਉੱਥੇ ਜਾ ਕੇ ਵੇਖੋ, ਹੁਣ ਤਾਂ ਤੁਹਾਨੂੰ ਉਹ ਖੋਲ੍ਹਣ ਦੀ ਲੋੜ ਹੀ ਨਹੀਂ। ਇੱਕ ਅਣਜਾਣ ਬੰਦਾ ਵੀ ਯੂਟਿਊਬ 'ਤੇ ਜਾ ਕੇ ਉਹ ਸਰਚ ਮਾਰ ਸਕਦਾ ਹੈ, ਗੂਗਲ 'ਤੇ ਜਾ ਕੇ ਸਰਚ ਮਾਰ ਸਕਦਾ ਵੀ ਇਹਦਾ ਕੀ ਹੈ। ਉਹ ਤੁਹਾਨੂੰ ਬਿਲਕੁਲ ਉਸੇ ਤਰ੍ਹਾਂ ਦਾ ਐਕਸਪੀਰੀਅੰਸ ਪਿਕਚਰਾਈਜ਼ ਕਰਕੇ ਵਿਖਾਉਂਦਾ, ਕਈ ਵਾਰੀ ਤਾਂ ਰੀਅਲ ਜਿਹੜੀਆਂ ਇੰਸੀਡੈਂਟਸ ਵੀ ਨੇ ਉਹ ਵੀ ਵਿਖਾ ਦਿੰਦੇ ਵੀ ਉਹ ਤਕਲੀਫ ਕਿੱਡੀ ਵੱਡੀ ਹੁੰਦੀ ਹੈ। ਮਨੁੱਖ ਦੇ ਰੋਮ ਰੋਮ ਦੇ ਵਿੱਚ ਤਕਲੀਫ ਹੁੰਦੀ ਹੈ ਜਦੋਂ ਕਿਤੇ ਕੋਬਰਾ ਸੱਪ ਡੰਗ ਮਾਰ ਜੇ ਜਾਂ ਫਿਰ ਬਿੱਛੂ। ਬਿੱਛੂ ਦਾ ਡੰਗ ਕਈ ਕੋਬਰਾ ਸੱਪਾਂ ਦੇ ਡੰਗ ਨਾਲੋਂ ਵੀ ਜ਼ਹਿਰੀਲਾ ਹੁੰਦਾ। ਹੁਣ ਇਹਨੂੰ ਜਦੋਂ ਕਿਤੇ ਸਰਚ ਕਰਕੇ ਵੇਖਾਂਗੇ ਨਾ, ਸੱਚੀ ਮੁੱਚੀ ਸਾਧ ਸੰਗਤ ਜੀ, ਆਹ ਦਿਮਾਗ ਦੇ ਨਾ ਪੂਰਾ ਇੱਕ ਖੁੱਲ ਜਾਂਦੇ ਨੇ ਦਰਵਾਜ਼ੇ ਵੀ, ਮਹਾਰਾਜ ਕਿਉਂ ਗੁਰਬਾਣੀ 'ਚ ਸੱਚੇ ਪਾਤਸ਼ਾਹ ਨਾਮ ਤੋਂ ਟੁੱਟੇ ਹੋਏ ਇਨਸਾਨ ਦਾ ਅੰਦਰ ਨਾਮ ਦੇ ਪ੍ਰਤੀ ਇੰਨੀ ਨਫ਼ਰਤ ਨਾਲ ਭਰਿਆ ਹੁੰਦਾ, ਉਹ ਨਾਮ ਨੂੰ ਬਰਦਾਸ਼ਤ ਨਹੀਂ ਕਰਦਾ, ਨਾਮ ਜਪਣ ਵਾਲੇ ਨੂੰ ਕਿੱਥੋਂ ਕਰ ਲਊਗਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਤੀ ਤਵੀ ਦੇ ਨੇ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਚਾਂਦਨੀ ਚੌਂਕ 'ਚ ਨੇ। ਇਸ ਕਰਕੇ ਜਿਸ ਜਿਹੜਾ ਉਹ ਸੂਲੀ ਦੇ ਉੱਤੇ ਬੈਠਾ ਵੀ ਉਹ ਬਰਦਾਸ਼ਤ ਨਹੀਂ ਹੁੰਦਾ, ਬੜਾ ਔਖਾ ਕੰਮ ਹੈ ਸਾਧ ਸੰਗਤ ਜੀ, ਕਿਰਪਾਲੂ ਪਾਤਸ਼ਾਹ ਜੀ ਰਹਿਮਤ ਕਰਨ। ਅੱਛਾ ਸਾਧ ਸੰਗਤ ਜੀ, ਇੱਥੇ ਸਮਾਪਤੀ ਅੱਜ ਦੀ, ਅਗਲੀ ਵਾਰੀ ਆਪਾਂ ਉੱਥੋਂ ਸ਼ੁਰੂ ਕਰਾਂਗੇ। ਗੁਰਬਾਣੀ 'ਚ ਇਸੇ ਚੀਜ਼ ਨੂੰ ਜਦੋਂ ਮਹਾਰਾਜ ਅੱਗੇ ਐਕਸਪਲੇਨ ਕਰਦੇ ਨੇ, ਉਹਨਾਂ ਨੇ ਚਾਰ ਚੀਜ਼ਾਂ ਦਾ ਜ਼ਿਕਰ ਕੀਤਾ ਜੀ ਸਾਨੂੰ ਸਮਝਾਉਣ ਵਾਸਤੇ, ਕੂੜਤਾਈ ਮਨਮੁਖਤਾਈ ਦਾ ਅਤੇ ਗੁਰਮੁਖਤਾਈ ਪਰਮਾਤਮਾ ਵਾਲੇ ਪ੍ਰੇਮ ਦਾ। ਸਾਹਿਬ ਕਹਿੰਦੇ ਨੇ, ਇੱਕ ਨਿੰਮ ਦਾ ਬੂਟਾ ਹੈ,
ਤੁਸੀਂ ਉਹਨੂੰ ਜਿੰਨਾ ਮਰਜ਼ੀ ਅੰਮ੍ਰਿਤ ਨਾਲ ਵੀ ਸਿੰਚ ਲਓ, ਉਹਦੇ ਸੁਭਾਅ 'ਚ ਕਦੀ ਤਬਦੀਲੀ ਨਹੀਂ ਆਉਂਦੀ। ਦੂਸਰਾ ਉਦਾਹਰਣ ਦਿੱਤਾ ਮਹਾਰਾਜ ਜੀ ਨੇ ਸੱਪ ਦਾ। ਸੱਪ ਨੂੰ ਜਿੰਨੇ ਮਰਜ਼ੀ ਮੰਤਰਾਂ ਦੇ ਨਾਲ ਮਾਂਦਰੀ ਆਪਣੇ ਵਸ 'ਚ ਕਰਨ ਦੀ ਕੋਸ਼ਿਸ਼ ਕਰੇ, ਜਿੰਨਾ ਮਰਜ਼ੀ ਸੱਪ ਨੂੰ ਤੁਸੀਂ ਦੁੱਧ ਪਿਆਓ, ਉਹ ਆਪਣਾ ਡੰਗ ਮਾਰਨਾ ਨਹੀਂ ਭੁੱਲਦਾ। ਇਹ ਰੱਬ ਤੋਂ ਟੁੱਟੇ ਹੋਏ ਲੋਕਾਂ ਦੀ ਗੱਲ ਕਰਦੇ ਹਾਂ। ਤੀਸਰਾ, ਸੱਚੇ ਪਾਤਸ਼ਾਹ ਕਹਿੰਦੇ ਨੇ ਪੱਥਰ ਹੈ, ਪੱਥਰ ਨੂੰ ਤੁਸੀਂ ਪਾਣੀ 'ਚ ਰੱਖ ਛੱਡੋ, ਪੱਥਰ ਦੇ ਉੱਤੇ ਰੋਜ਼ ਪਾਣੀ ਪਾਓ, ਪੱਥਰ ਕਦੀ ਅੰਦਰੋਂ ਭਿੱਜਦਾ ਨਹੀਂ। ਚੌਥਾ, ਸੱਚੇ ਪਾਤਸ਼ਾਹ ਕਹਿੰਦੇ ਨੇ ਮਨਮੁੱਖ ਦਾ ਆ ਸੁਭਾਅ ਹੁੰਦਾ ਵੀ ਗਿਆਨ, ਉਪਦੇਸ਼, ਗੁਰਬਾਣੀ, ਭਾਵੇਂ ਉਹ ਆਪ ਪੜ੍ਹਦਾ ਹੋਵੇ, ਭਾਵੇਂ ਸੁਣਦਾ, ਜੋ ਮਰਜ਼ੀ ਕਰਦਾ ਹੋਵੇ, ਉਹਦਾ ਜੇ ਸੁਭਾਅ ਨਿੰਮ ਵਰਗਾ ਹੈ, ਉਹਦਾ ਸੁਭਾਅ ਜੇ ਸੱਪ ਵਰਗਾ ਹੈ, ਉਹਦਾ ਸੁਭਾਅ ਜੇ ਪੱਥਰ ਵਰਗਾ, ਉਹ ਕਦੀ ਅੰਦਰ ਭਿੱਜਦਾ ਨਹੀਂ। ਔਰ ਨਾ ਭਿੱਜਣ ਦਾ ਮਤਲਬ ਕੀ ਹੈ? ਤਬਦੀਲੀ ਕੋਈ ਨਹੀਂ, ਬਸ ਜੇ ਤਬਦੀਲੀ ਨਹੀਂ ਨਾ ਜੀਵਨ 'ਚ ਉਵੇਂ ਦੀ। ਔਰ ਜ਼ਹਿਰ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਅੰਮ੍ਰਿਤ ਪਾ ਦਿਓ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲ ਨੇ ਜੀ ਇਹ। ਸਾਹਿਬ ਕਹਿੰਦੇ ਨੇ ਜ਼ਹਿਰ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਅੰਮ੍ਰਿਤ ਪਾਈ ਜਾਓ, ਅੰਮ੍ਰਿਤ ਜਿਹੜਾ ਉਹ ਵੀ ਜ਼ਹਿਰ 'ਚ ਜ਼ਹਿਰ ਹੀ ਹੋ ਜਾਏਗਾ। ਬੁਰੀ ਮੱਤ ਵਾਲਾ ਬੰਦਾ ਜਿੰਨਾ ਮਰਜ਼ੀ ਸਾਤਵਿਕ ਉਪਦੇਸ਼ ਵੀ ਸੁਣੀ ਜਾਏ, ਉਹਦੇ ਵਿੱਚੋਂ ਨੈਗੇਟਿਵਿਟੀ ਲੱਭਦਾ, ਉਹਦਾ ਰਿਐਕਸ਼ਨ ਨੈਗੇਟਿਵ। ਆਪਾਂ ਥੋੜ੍ਹਾ ਜਿਹਾ ਸਹਿਜ 'ਚ ਜਾ ਕੇ ਇਸ ਚੀਜ਼ ਨੂੰ ਜਦੋਂ ਵਿਚਾਰਾਂਗੇ, ਦੇਖਾਂਗੇ ਆਪਣੀ ਜ਼ਿੰਦਗੀ 'ਚ, ਅਸੀਂ ਜਦੋਂ ਐਵੇਂ ਦੇ ਜੀਆਂ ਨੂੰ ਮਿਲਦੇ ਹਾਂ, ਤੁਸੀਂ ਜਿੰਨੀ ਮਰਜ਼ੀ ਰੱਬ ਦੀਆਂ ਗੱਲਾਂ ਜੋ ਮਰਜ਼ੀ ਕਰੀ ਜਾਓ, ਉਹਨਾਂ ਦਾ ਰਿਐਕਸ਼ਨ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਯਕਦਮ ਟੋਟਲੀ ਨੈਗੇਟਿਵ ਹੁੰਦਾ। ਉਹਦਾ ਕਾਰਨ ਇਹ ਹੋਇਆ ਵੀ ਅੰਦਰ ਨਹੀਂ ਭੇਜਦਾ, ਉਸਦਾ ਅੰਦਰ ਉਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰ ਰਿਹਾ। ਔਰ ਉਹਦੀ ਐਕਸੈਪਸ਼ਨ ਕਿਉਂ ਨਹੀਂ? ਕਿਉਂਕਿ ਉੱਥੇ ਉਹਦੀ ਜਗ੍ਹਾ ਨਹੀਂ ਹੈ। ਕਨੈਕਟਿਵਿਟੀ ਵਾਸਤੇ ਨਾ ਜੀ ਰੇਂਜ ਚਾਹੀਦੀ ਹੁੰਦੀ। ਅਜੇ ਜਿੰਨੇ ਕੋ ਆਪਾਂ ਇੱਥੇ ਰਹਿੰਦੇ ਨਾ ਕੈਲਗਰੀ 'ਚ, ਅੱਜ ਜਦੋਂ ਸਾਊਥ ਵੈਸਟ ਨੂੰ ਇੱਧਰ ਬਾਹਰ ਨੂੰ ਨਿਕਲ ਆਓ ਨਾ, ਕਈ ਇਹੋ ਜਿਹੀਆਂ ਕੰਪਨੀਜ਼ ਨੇ ਜਿਨ੍ਹਾਂ ਦੇ ਇੱਧਰ ਟਾਵਰ ਨਹੀਂ ਹੈਗੇ। ਜਦੋਂ ਤੁਸੀਂ ਉਹਨਾਂ ਦਾ ਸੈੱਲ 'ਤੇ ਡਾਟਾ ਲੈਣ ਵਾਸਤੇ ਅਪਲਾਈ ਵੀ ਕਰੋ ਨਾ, ਉਹ ਕਹਿੰਦੇ ਨੇ ਜੀ ਸਾਡੀ ਰੇਂਜ ਨਹੀਂ ਹੈਗੀ ਉਸ ਪਾਸੇ। ਉਦੋਂ ਬੜੀ ਕਮਾਲ ਦੀ ਗੱਲ, ਇੱਕਦਮ ਧਿਆਨ 'ਚ ਆਉਂਦੀ ਹੈ ਮਹਾਰਾਜ ਜੀ ਦੀਆਂ ਬਾਤਾਂ 'ਤੇ ਵੀ ਸੰਸਾਰ 'ਚ ਕੁਝ ਵੀ ਮੌਜੂਦ ਹੋਵੇ, ਜਿਹੜੀ ਚੀਜ਼ ਉਹਦੀ ਰੇਂਜ 'ਚ ਨਹੀਂ ਆ ਰਹੀ, ਉਹਦਾ ਲਾਭ ਨਹੀਂ ਲੈ ਸਕਦੀ। ਜਿੰਨਾ ਚਿਰ ਤੱਕ ਸਾਡਾ ਮਨ ਗੁਰੂ ਦੇ ਸ਼ਬਦ ਦੀ ਰੇਂਜ 'ਚ ਨਹੀਂ ਆਉਂਦਾ, ਉਨਾ ਚਿਰ ਤੱਕ ਇਹਦੇ ਨਾਲੋਂ ਲਾਹਾ ਇਹ ਅੰਮ੍ਰਿਤ ਦਾ ਕਦੀ ਨਹੀਂ ਲੈ ਸਕਦਾ। ਇਹਦੀ ਕਨੈਕਟੀਵਿਟੀ ਬਣਨੀ ਹੋਈ ਨਹੀਂ ਅਤੇ ਉਹ ਕਦੋਂ ਬਣਦੀ ਹੈ? ਇੱਕ ਕੰਪਨੀ ਤੋਂ ਦੂਜੀ ਕੰਪਨੀ 'ਚ ਨੰਬਰ ਚੇਂਜ ਕਰਿਓ ਤੁਸੀਂ, ਆ ਡਾਟਾ ਲੈਣ ਵਾਲਾ ਜਿਹੜਾ ਆਪਾਂ ਲੈਂਦੇ ਹੁੰਦੇ ਹਾਂ, ਵਾਈਫਾਈ ਦਾ, ਦੂਸਰਾ ਜਿਹੜਾ ਮਰਜ਼ੀ, ਤੁਹਾਡਾ ਪਹਿਲਾ ਸਾਰਾ ਰੈਕਡ ਉਹ ਜਿਹੜਾ ਉਹਨੂੰ ਬਲੌਕ ਕਰ ਦਿੰਦੇ ਨੇ ਵੀ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਆਪਾਂ ਕਹਿੰਦੇ ਨਾ ਵੀ ਸਾਇੰਸ ਨੇ ਬੜੀ ਤਰੱਕੀ ਕੀਤੀ, ਬੜੀ ਕੀਤੀ, ਕਮਾਲ। ਇਹਦੇ 'ਚ ਅਧਿਆਤਮ ਦੇ ਬੜੇ ਕਮਾਲ ਦੇ ਗੁਣ ਮੌਜੂਦ ਨੇ। ਸੰਸਾਰ ਨੂੰ ਐਵੇਂ ਨਹੀਂ ਮਹਾਰਾਜ ਕਹਿੰਦੇ ਵੀ ਰੱਬ ਦਾ ਘਰ ਆ, ਵੀ ਇਹ ਇੱਥੇ ਵੀ ਰੱਬ ਵਸਦਾ, ਸਭ ਕੁਝ ਇੱਥੇ ਪਿਆ। ਐਕਸਪੀਰੀਅੰਸ ਆਪੋ ਆਪਣੇ ਨੇ, ਕਿਸੇ ਦਾ ਕੂੜਤਾ ਹੀ ਦਾ, ਕਿਸੇ ਦਾ ਸੱਚ ਦਾ। ਸੱਚ ਵਾਲਾ ਐਕਸਪੀਰੀਅੰਸ ਗੁਰੂ ਕੋਲ ਹੈ, ਔਰ ਉਹ ਜਿਹੜੇ ਗੁਰੂ ਦੇ ਸ਼ਬਦ ਦੀ ਰੇਂਜ 'ਚ ਆਉਂਦੇ ਨੇ ਉਹ ਭੇਜਦੇ ਨੇ, ਉਹ ਕਨੈਕਟ ਹੁੰਦੇ ਨੇ। ਦਾਅਵਾ ਇਸ ਗੱਲ ਦਾ ਨਹੀਂ ਹੈਗਾ ਵੀ ਮੇਰੇ ਕੋਲ ਡਾਟਾ ਹੈਗਾ, ਮੈਂ ਲਿਆ ਹੋਇਆ। ਦਾਅਵਾ ਇਸ ਗੱਲ ਦਾ ਹੋ ਸਕਦਾ ਜੇ ਤੁਸੀਂ ਰੇਂਜ 'ਚ ਹੋ, ਜੇ ਤੁਸੀਂ ਉਹਦੀ ਰੇਂਜ 'ਚ ਨਹੀਂ ਹੋ, ਤੁਹਾਡਾ ਉਹ ਦਾਅਵਾ ਵੀ ਕੋਈ ਮਾਇਨੇ ਨਹੀਂ ਰੱਖਦਾ। ਤੋ ਸਾਹਿਬ ਕਹਿੰਦੇ ਨੇ ਜਿੰਨਾ ਚਿਰ ਤੱਕ, ਹੁਣ ਇਹ ਸ਼ਬਦ ਦਾ ਅਗਲੀ ਵਾਰੀ ਆਪਾਂ ਇੱਥੋਂ ਸ਼ੁਰੂ ਕਰਾਂਗੇ, ਸਮਾਪਤੀ ਇੱਥੇ ਹੀ।
ਸਾਹਿਬ ਕਹਿੰਦੇ ਨੇ ਇਹ ਸੰਗਤ ਦੇ ਵਿੱਚ ਜੇ ਮਨੁੱਖ ਆਏ, ਗੁਰੂ ਦੇ ਕੋਲ ਆਏ, ਗੁਰੂ ਦੇ ਨਾਲ ਜੁੜੇ, ਫਿਰ ਉਹਦੇ ਸੁਭਾਅ ਦੇ ਵਿੱਚ ਤਬਦੀਲੀ ਆ ਸਕਦੀ ਹੈ ਔਰ ਉਹਦੇ ਹਿਰਦੇ ਦੇ ਉੱਤੋਂ ਵਿਖ ਦੀ ਵਾਸਨਾਵਾਂ ਦੀ ਕੂੜਤਾਈ ਦੀ ਮੈਲ ਲੈਂਦੀ ਹੈ। ਨਾਮ ਜਪਣ ਦਾ ਇੱਕੋ ਇੱਕ ਮਤਲਬ ਹੈ ਸਤਸੰਗ ਜੀ, ਸਾਡੇ ਮਨ ਦੀ ਮੈਲ ਨੂੰ ਧੋਣਾ। ਇਹ ਨਾਮ ਸ਼ੁਰੂਆਤੀ ਦੌਰ 'ਚ ਉਹਨੂੰ ਧੋਂਦਾ, ਸਾਫ਼ ਕਰੀ ਜਾਂਦਾ ਹੁੰਦਾ। ਜਿਵੇਂ ਜਿਵੇਂ ਉਹ ਸਾਫ਼ ਹੋਣਾ ਸ਼ੁਰੂ ਹੋ ਜਾਂਦਾ, ਮਨ ਦੇ ਉੱਤੋਂ ਲੇਅਰ ਜਿਹੜੀਆਂ ਮੈਲੀਆਂ ਨੇ ਉਹ ਹਟਣੀਆਂ ਸ਼ੁਰੂ ਹੁੰਦੀਆਂ, ਫਿਰ ਮਨ ਨਾਮ ਦੇ ਵਿੱਚ ਜੁੜਦਾ ਜੀ। ਸਵਾਦ ਬਾਅਦ 'ਚ ਆਉਣਾ ਸ਼ੁਰੂ ਹੋ, ਜਿਨ੍ਹਾਂ ਨੂੰ ਸਵਾਦ ਆਉਣਾ ਸ਼ੁਰੂ ਹੋ ਜਾਵੇ ਉਹ ਸਥਿਰ ਹੋ ਜਾਂਦੇ, ਉਹਨਾਂ ਦੇ ਜੀਵਨ 'ਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਿਨ੍ਹਾਂ ਨੂੰ ਨਾਮ ਦੇ ਵਿੱਚ ਰਸ ਆਇਆ, ਟਿਕਾ ਆਇਆ ਔਰ ਉਹਨਾਂ ਦੀ ਲਿਵ ਲੱਗ ਗਈ, ਉਹ ਰੱਬ ਹੋ ਜਾਂਦੇ। ਫੁੱਲ ਚੁੱਕ ਦੀ ਖਿਮਾ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ। ਫੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।